ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਇਸ ਮੰਚ ਦੇ ਉੱਤੇ ਉਹਨਾਂ ਸਾਰੇ ਮਸਲਿਆਂ ਦੀ ਗੱਲ ਹੁੰਦੀ ਹੈ, ਭਾਵੇਂ ਉਹ ਮਸਲਾ ਪੰਥਕ ਹੋਵੇ, ਸਮਾਜਿਕ ਹੋਵੇ ਜਾਂ ਮਸਲਾ ਸਿਆਸੀ ਹੋਵੇ, ਉਹਨਾਂ ਸਾਰੇ ਮਸਲਿਆਂ ਦੇ ਉੱਤੇ ਵਿਚਾਰ ਕੀਤਾ ਜਾਂਦਾ। ਅੱਜ ਜਿਹੜਾ ਮੈਂ ਮੁੱਦਾ ਲੈ ਕੇ ਆਇਆ ਉਹ ਵੀ ਖਾਸ ਹੋਣ ਵਾਲਾ ਜੀ, ਔਰ ਮੈਂ ਜ਼ਰੂਰ ਦਰਸ਼ਕਾਂ ਨੂੰ ਕਹਾਂਗਾ ਕਿ ਇਸ ਮੁੱਦੇ ਦੇ ਉੱਤੇ ਤੁਸੀਂ ਆਪਣੇ ਪ੍ਰਤੀਕਰਮ ਵੀ, ਆਪਣੇ ਵਿਚਾਰ ਵੀ ਜ਼ਰੂਰ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ। ਕਈ ਸਾਰੇ ਮੁੱਦੇ ਵੈਸੇ ਤਾਂ ਇੰਟਰਨੈਸ਼ਨਲ ਪੱਧਰ 'ਤੇ ਇਸ ਟਾਈਮ ਆਵਾਜ਼ ਬਣੇ ਹੋਏ ਹਨ, ਗਰਮਾਏ ਹੋਏ ਹਨ, ਪਰ ਉਹਨਾਂ ਮੁੱਦਿਆਂ ਦੇ ਉੱਤੇ ਕੀ ਕੁਝ ਸਿਆਸਤ ਹੋ ਰਹੀ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਗਰ ਮੈਂ ਭਾਰਤ ਦੀ ਗੱਲ ਕਰ ਲਵਾਂ ਤਾਂ ਸਭ ਤੋਂ ਜ਼ਿਆਦਾ ਇਸ ਟਾਈਮ ਮੁੱਦਾ ਸੁਮੇਧ ਸੈਣੀ ਨੂੰ ਲੈ ਕੇ ਹੈਗਾ, ਅਤੇ ਨਾਲ ਹੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ, ਉਹਨਾਂ ਨੂੰ ਕਿੱਥੇ ਭੇਜਿਆ ਗਿਆ, ਉਹ ਕਿੱਥੇ ਗੁਆਚ ਗਏ, ਉਹਨੂੰ ਲੈ ਕੇ ਵੀ ਇੱਕ ਵੱਡਾ ਮੁੱਦਾ ਇੱਥੇ ਬਣਿਆ ਹੋਇਆ, ਅਤੇ ਨਾਲ ਹੀ ਮੁੱਦਾ ਬਣਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ। ਐਸ ਜੀ ਪੀ ਸੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਦੋ ਨੁਮਾਇੰਦਾ ਜਮਾਤ ਹਨ, ਸਿੱਖਾਂ ਦੀ ਸਿਰਮੌਰ ਸੰਸਥਾ ਹਨ ਭਾਰਤ ਦੇ ਵਿੱਚ, ਜੋ ਕਿ ਅਗਵਾਈ ਕਰਦੇ ਹਨ ਸਿੱਖਾਂ ਦੇ ਮਸਲਿਆਂ ਦੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਤਾਂ ਕਈ ਸਾਰੇ ਮੁੱਦੇ ਡੀ ਐਸ ਜੀ ਐਮ ਸੀ ਨੂੰ ਲੈ ਕੇ ਵੀ ਹੋ ਰਹੇ ਹਨ। ਕਿਆਸ ਰਹੀਆਂ ਹਨ ਕਿ ਫਰਵਰੀ ਦੇ ਵਿੱਚ ਚੋਣਾਂ ਹਨ, ਔਰ ਚੋਣਾਂ ਦੇ ਵਿੱਚ ਬਹੁਤ ਕੁਝ ਖਾਸ ਹੋਣ ਵਾਲਾ। ਇੱਕ ਧੜਾ ਜੋ ਕਿ ਹਾਲ ਫਿਲਹਾਲ ਦੇ ਵਿੱਚ ਜਿਨ੍ਹਾਂ ਦੀ ਮੈਨੇਜਮੈਂਟ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ, ਜਿਹਦੇ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਹਨ, ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਹਰ ਹੋਏ, ਜਾਂ ਕਹੀਏ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਸਤੀਫਾ ਦੇ ਕੇ ਨਵੀਂ ਪਾਰਟੀ ਜਿਨ੍ਹਾਂ ਨੇ ਬਣਾਈ ਜਾਗੋ, ਮਨਜੀਤ ਸਿੰਘ ਜੀ ਕੇ। ਉਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ, ਪਰਮਜੀਤ ਸਿੰਘ ਸਰਨਾ ਜੋ ਕਿ ਸਾਬਕਾ ਪ੍ਰਧਾਨ ਵੀ ਰਹੇ, ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਜਿਹੜੀ ਪਾਰਟੀ ਹੈਗੀ ਹੈ ਉਹਨੂੰ ਬਕਾਇਦਾ ਰੀਪ੍ਰਜੈਂਟ ਵੀ ਉਹਨਾਂ ਨੇ ਕੀਤਾ, ਔਰ ਰੀਪ੍ਰਜੈਂਟ ਐਜ਼ ਐਨ ਪ੍ਰੈਜੀਡੈਂਟ ਵੀ ਕੀਤਾ, ਅਤੇ ਨਾਲ ਹੁਣ ਵੀ ਰੀਪ੍ਰਜੈਂਟ ਕਰ ਰਹੇ ਨੇ। ਮੁੱਦਾ ਸਾਫ਼ ਇੱਥੇ ਬਣਦਾ ਹੈ ਕਿ ਆਖਿਰਕਾਰ ਸਾਡੇ ਪੈਰੋਕਾਰਾਂ ਦਾ ਸਟੈਂਡ ਕੀ ਹੈ, ਸਾਡੇ ਪੈਰੋਕਾਰ ਖੜ੍ਹੇ ਕਿੱਥੇ ਹਨ, ਕਿੱਥੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕੀਤਾ, ਔਰ ਇਹ ਜਿਹੜੀ ਇਹ ਹਾਲ ਫਿਲਹਾਲ ਦੇ ਵਿੱਚ ਪੋਲੀਟਿਕਸ ਹੋ ਰਹੀ ਹੈ ਉਹ ਕੀ ਹੋ ਰਹੀ ਹੈ, ਜਿਸ ਨੂੰ ਲੈ ਕੇ ਅਸੀਂ ਵਿਚਾਰ ਕਰਾਂਗੇ। ਦਰਸ਼ਕਾਂ ਨੂੰ ਇਹ ਵੀ ਦੱਸ ਦੇਵਾਂ, ਪਹਿਲੀ ਵਾਰ ਇਸ ਮੰਚ ਦੇ ਉੱਤੇ ਹੋਵੇਗਾ ਕਿ ਦਿੱਲੀ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ, ਜੋ ਕਿ ਵੱਖ ਵੱਖ ਪਾਰਟੀ ਨਾਲ ਸੰਬੰਧ ਰੱਖਦੇ ਹਨ, ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਵੀ ਉਹਨਾਂ ਨੇ ਲਾਈ, ਇੱਕ ਦੂਜੇ ਦੇ ਉੱਤੇ ਆਰੋਪ ਪ੍ਰਤਿਆਰੋਪ ਦੀ ਰਾਜਨੀਤੀ ਵੀ ਹੋਈ, ਇੱਕ ਦੂਜੇ ਦੇ ਉੱਤੇ ਤੰਜ ਵੀ ਕੱਸੇ ਗਏ, ਲੇਕਿਨ ਅੱਜ ਪਹਿਲੀ ਵਾਰ ਜਸ ਪੰਜਾਬੀ ਦੇ ਉੱਤੇ ਦੋਵੇਂ ਸਾਬਕਾ ਪ੍ਰਧਾਨ ਇਸ ਮੰਚ ਦੇ ਉੱਤੇ ਮੌਜੂਦ ਹਨ, ਔਰ ਦੋਵੇਂ ਅੱਜ ਆਪਣੀ ਆਪਣੀ ਪਾਰਟੀ ਦੀ ਗੱਲ ਕਰਨਗੇ, ਔਰ ਦੋਵਿਆਂ ਨੂੰ ਕਿਉਂ ਮਜਬੂਰ ਹੋਣਾ ਪਿਆ ਅੱਜ ਰਲ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਲੜਨ ਦੀ, ਕਿ ਇਲੈਕਸ਼ਨ ਉਹ ਇਕੱਠੇ ਲੜਨਗੇ ਨਹੀਂ ਲੜਨਗੇ, ਵੱਡੇ ਸਵਾਲ ਬਣਦੇ ਹਨ ਕਿ ਉਹ ਇਕੱਠੇ ਹਨ ਨਹੀਂ ਹਨ, ਵੱਡੇ ਸਵਾਲ ਰਹਿਣਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਸਿੱਧਾ ਲੈ ਕੇ ਚੱਲਦਾ ਤੁਹਾਨੂੰ ਦਿੱਲੀ, ਮੇਰੇ ਨਾਲ ਮੌਜੂਦ ਹਨ ਜਾਗੋ ਪਾਰਟੀ ਦੇ ਫਾਊਂਡਰ ਅਤੇ ਪ੍ਰੈਜੀਡੈਂਟ ਮਨਜੀਤ ਸਿੰਘ ਜੀ ਕੇ, ਅਤੇ ਨਾਲ ਹੀ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਉੱਥੇ ਦੂਜੇ ਪਾਸੇ ਮੇਰੇ ਨਾਲ ਮੌਜੂਦ ਹਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰੈਜੀਡੈਂਟ, ਅਤੇ ਨਾਲ ਹੀ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਮਜੀਤ ਸਿੰਘ ਸਰਨਾ। ਦੋਵਾਂ ਦਾ ਮੈਂ ਇਸ ਮੰਚ ਦੇ ਉੱਤੇ ਸਵਾਗਤ ਕਰਦਾ, ਫਤਿਹ ਦੀ ਸਾਂਝ ਪਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੋਵਾਂ ਨੂੰ ਹੀ ਐਕਸ ਪ੍ਰੈਜੀਡੈਂਟ ਕਹਾਂ, ਜਾਂ ਦੋਵਾਂ ਨੂੰ ਕਹਾਂ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕਜੁੱਟ ਹੋ ਕੇ ਤੁਸੀਂ ਭਾਈਵਾਲ ਬਣਾ ਕੇ ਲੜੋਗੇ, ਜਾਂ ਮੈਂ ਦੋਵਾਂ ਨੂੰ ਕਹਾਂ ਕਿ ਅੱਜ ਤੁਸੀਂ ਇਸ ਮੰਚ ਦੇ ਉੱਤੇ ਹੈਗੇ ਹੋ, ਸੋ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਤਾਂ ਕੀ ਕੁਝ ਸਮੀਕਰਨ ਬਣਨਗੇ, ਕੀ ਕੁਝ ਸਿਆਸੀ ਸ਼ਤਰੰਜ ਜਿਹੜੀ ਹੈ ਉਹ ਖੇਡੀ ਗਈ ਹੈ ਕਿ ਅੱਜ ਤੁਸੀਂ ਦੋਵੇਂ ਇੱਕ ਮੰਚ 'ਤੇ ਮੌਜੂਦ ਹੋ। ਮੈਂ ਸ਼ੁਰੂਆਤ ਮਨਜੀਤ ਸਿੰਘ ਜੀ ਕੇ ਹੋਰਾਂ ਤੋਂ ਕਰਨਾ ਚਾਹਾਂਗਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਔਰ ਤੁਸੀਂ ਸਵਾਲ ਕੀਤਾ ਹੈ ਕਿ ਅਸੀਂ ਦੋਵੇਂ ਆਪਸ ਦੇ ਵਿੱਚ ਇੱਕ ਅਲੱਗ ਅਲੱਗ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦੇ ਹਾਂ। ਤੁਸੀਂ ਸਵਾਲ ਕੀਤਾ ਕਿ ਸਾਡਾ ਆਪਸ ਦੇ ਵਿੱਚ ਅਸੀਂ ਇਲੈਕਸ਼ਨਾਂ ਵੀ ਦੂਜੇ ਦੇ ਉਲਟ ਲੜੀਆਂ ਨੇ, ਆਪਸ 'ਚ ਦਾਮਬਾਜ਼ੀਆਂ ਵੀ ਹੋਈਆਂ ਨੇ, ਔਰ ਤੁਸੀਂ ਇਹ ਕੀਤਾ ਕਿ ਅੱਜ ਕਿਤੇ ਨਾ ਕਿਤੇ ਅਸੀਂ ਕਿਸੇ ਜਗ੍ਹਾ 'ਤੇ ਇਕੱਠੇ ਨਜ਼ਰ ਆ ਰਹੇ ਹਾਂ।
मैं समझता कि सियासत दे विच या परिवार दे विच दो भरावां च जंग हुंदी है, इख्तलाफ हुंदे ने। मेरे और साहब सरना साहब दी पार्टी ने भी होणगे, लेकिन और असीं पिछे इलैक्शन ਉਹਨਾਂ ਵੀ ਲੜੀਆਂ ਨੇ, ਸਾਡੀਆਂ ਇੱਕ ਦੂਜੇ ਨਾਲ ਮੁਕੱਦਮੇਬਾਜ਼ੀਆਂ ਵੀ ਚੱਲਦੀਆਂ ਨੇ, ਪਰ ਅੱਜ ਮੁੱਦਾ ਵੱਡਾ ਆ ਗਿਆ। ਅੱਜ ਮੁੱਦਾ ਇਹ ਹੈ ਕਿ ਕੌਮ ਦੀ ਬਾਗਡੋਰ ਐਸੇ ਬੰਦਿਆਂ ਦੇ ਹੱਥ ਵਿੱਚ ਆਈ ਹੈ ਕਿ ਜਿਨ੍ਹਾਂ ਨੇ ਸਿਵਾਏ ਨਿੱਜੀ ਕੰਮ ਕਰਨ ਤੋਂ ਕੁਛ ਹੋਰ ਕੀਤਾ ਨਹੀਂ। ਔਰ ਸਾਡੇ ਦੋਵਾਂ ਦੇ ਨਜ਼ਦੀਕ ਆਉਣ ਦੀ ਸ਼ੁਰੂਆਤ 550 ਸਾਲਾਂ 'ਤੇ ਜਦੋਂ ਨਗਰ ਕੀਰਤਨ ਜਾਣਾ ਸੀ, ਪਰਮਿਸ਼ਨ ਸਰਨਾ ਸਾਹਿਬ ਨੂੰ ਮਿਲੀ ਸੀਗੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਪਰਮਿਸ਼ਨ ਨਹੀਂ ਸੀਗੀ। ਉਸ ਵੇਲੇ ਮੌਜੂਦਾ ਪ੍ਰਧਾਨ ਦਿੱਲੀ ਕਮੇਟੀ ਦੇ ਮਨਜਿੰਦਰ ਸਿੰਘ ਸਿਰਸਾ ਔਰ ਸੁਖਬੀਰ ਸਿੰਘ ਬਾਦਲ ਔਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਇੱਕ ਸਾਜਿਸ਼ ਰਚੀ ਕਿ ਇਹ ਜਿਹੜਾ ਨਗਰ ਕੀਰਤਨ ਪਰਮਜੀਤ ਸਿੰਘ ਸਰਨਾ ਨੂੰ ਪਰਮਿਸ਼ਨ ਮਿਲੀ ਹੈ ਇਤਿਹਾਸਿਕ 550 ਸਾਲਾਂ ਗੁਰੂ ਨਾਨਕ ਸਾਹਿਬ ਦੇ ਗੁਰੂ ਦੇ ਪਾਕਿਸਤਾਨ ਲਿਜਾਣ ਦੀ, ਇਸ ਨੂੰ ਰੋਕਿਆ ਜਾਵੇ। ਔਰ ਉਹਨਾਂ ਨੇ ਹਰ ਹੀਲਾ ਜੋਰਾ ਲਾਇਆ। ਉਸ ਨਗਰ ਕੀਰਤਨ ਦੇ ਵਿੱਚ ਸਰਨਾ ਸਾਹਿਬ ਦਿੱਲੀ ਗੁਰਦੁਆਰਾ ਕਮੇਟੀ ਕੋਲ ਵੀ ਗਏ, ਮੇਰੇ ਕੋਲ ਵੀ ਆਏ, ਪੰਥ ਦੀਆਂ ਸਾਰੀਆਂ ਜਥੇਬੰਦੀਆਂ ਕੋਲ, ਸਿੰਘ ਸਭਾਵਾਂ ਹੋਣ, ਨਿਹੰਗ ਸਿੰਘ ਜਥੇਬੰਦੀਆਂ ਹੋਣ, ਸੰਤ ਸਮਾਜ ਹੋਣ, ਸਭ ਕੋਲ ਗਏ ਕਿ ਆਪਾਂ ਰਲ ਕੇ ਮਨਾ ਲਈਏ। ਉੱਥੋਂ ਸਾਡੀ ਸ਼ੁਰੂਆਤ ਹੋਈ। ਔਰ ਜੋ ਦਿੱਲੀ ਕਮੇਟੀ ਨੇ ਰੋਲ ਪਲੇ ਕੀਤਾ, ਜਿਸ ਤਰੀਕੇ ਨਾਲ ਰੋਜ਼ ਆਖਣਾ ਕਿ ਕੋਈ ਨਗਰ ਕੀਰਤਨ ਦੀ ਪਰਮਿਸ਼ਨ ਨਹੀਂ ਹੈ, ਇਹ ਝੂਠ ਬੋਲਦੇ ਪਏ ਨੇ, ਪਰਮਿਸ਼ਨ ਸਾਡੇ ਕੋਲ ਹੈ, ਕਰੋੜਾਂ ਰੁਪਏ ਦਾ ਫੰਡ ਇਕੱਠਾ ਕਰ ਲਿਆ, ਕਰੋੜਾਂ ਰੁਪਏ ਦਾ ਸੋਨਾ ਇਕੱਠਾ ਕਰ ਲਿਆ, ਅਖੀਰ ਜਦੋਂ ਮੌਕਾ ਆਇਆ ਅਕਾਲ ਤਖ਼ਤ ਸਾਹਿਬ ਨੇ ਵਿੱਚ ਵਿਚਾਲਾ ਕਰਕੇ ਦਿੱਲੀ ਕਮੇਟੀ ਦੀ ਜਾਨ ਛੁਡਵਾਈ। ਮੈਂ ਸਮਝਦਾ ਉੱਥੋਂ ਸਾਡਾ ਇੱਕ ਸਫ਼ਰ ਸ਼ੁਰੂ ਹੋਇਆ। ਉਹਦੇ ਬਾਅਦ ਕਈ ਐਸੀਆਂ ਗੱਲਾਂ ਹੁੰਦੀਆਂ ਚੱਲੇ ਗਈਆਂ ਜਿਹਦੇ ਕਰਕੇ ਅਸੀਂ ਇਹਨਾਂ ਗੱਲਾਂ 'ਤੇ ਸਹਿਮਤ ਆ ਕਿ ਇਹ ਜਿਹੜੇ ਪਰਿਵਾਰ ਦਾ ਕਬਜ਼ਾ ਜਿਹੜਾ ਆਪਣੇ ਮੁਫਾਦ ਵਾਸਤੇ ਪੰਥ ਦੀਆਂ ਵੱਡੀਆਂ ਜਥੇਬੰਦੀਆਂ 'ਤੇ ਨੇ, ਇਸ ਨੂੰ ਛੁਡਵਾਉਣਾ ਜ਼ਰੂਰੀ ਹੈ। ਔਰ ਇਸ ਕਰਕੇ ਸਾਡਾ ਇੱਕ ਨਵਾਂ ਸਫ਼ਰ ਸ਼ੁਰੂ ਹੋਇਆ। ਠੀਕ ਹੈ ਸਰਨਾ ਸਾਹਿਬ, ਮੈਂ ਤੁਹਾਡੇ ਵੀ ਓਪਨਿੰਗ ਕਮੈਂਟਸ ਆਵਾਂਗਾ। ਅੱਜ ਤੁਸੀਂ ਦੋਵੇਂ ਪਹਿਲੀ ਵਾਰ ਇੱਕ ਮੰਚ ਦੇ ਉੱਤੇ ਇਕੱਠੇ ਹੋ ਔਰ ਇਕੱਠੇ ਐਜ਼ ਅਨ ਭਾਈਵਾਲ ਹੋ, ਕੀ ਕਹਿਣਾ ਚਾਹੋਗੇ? ਦੇਖੋ ਗੱਲ ਇਹ ਹੈਗੀ ਜੀ ਕਿ ਪਹਿਲੀ ਵਾਰ ਤੇ ਨਹੀਂ ਬੈਠੇ ਹਾਂ, ਜਿਸ ਤਰ੍ਹਾਂ ਸਰਮਨਜੀਤ ਸਿੰਘ ਨੇ ਕਿਹਾ ਵੀ ਜਦ ਅਸੀਂ ਨਗਰ ਕੀਰਤਨ ਦਾ ਪ੍ਰੋਗਰਾਮ ਲਿਖਿਆ ਤਾਂ ਅਸੀਂ ਸਾਡੀ ਪਾਰਟੀ ਨੇ ਫੈਸਲਾ ਕੀਤਾ ਕਿ ਭਾਵੇਂ ਸਾਡੀ ਕਿਸੇ ਨਾਲ ਬਣਦੀ ਹੈ ਜਾਂ ਨਹੀਂ ਬਣਦੀ, ਅਸੀਂ ਹਰ ਜੋ ਵੀ ਜਥੇਬੰਦੀਆਂ ਹਨ, ਪੋਲੀਟੀਕਲ ਪਾਰਟੀਜ਼ ਹਨ, ਕਮੇਟੀਆਂ ਹਨ, ਅਸੀਂ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਔਰ ਸਾਰਿਆਂ ਨੂੰ ਖੁਦ ਅਸੀਂ ਇਨਵੀਟੇਸ਼ਨ ਦੇਣੀ ਸੀ। ਸਾਡੇ ਪਾਰਟੀ ਦੇ ਵਿੱਚ ਬੜੀ ਕਸ਼ਮਕਸ਼ ਸੀ ਬਈ ਮਨਜੀਤ ਸਿੰਘ ਕੋਲ ਜਾਣਾ ਕਿ ਨਹੀਂ ਜਾਣਾ, ਪਰ ਅਸੀਂ ਫੈਸਲਾ ਕੀਤਾ ਕਿ ਅੱਜ ਅਸੀਂ ਕਿਸੇ ਨੂੰ ਇਹ ਨਾ ਵੇਖੀਏ ਕਿ ਮਨਜੀਤ ਸਿੰਘ ਹੈ ਜਾਂ ਕੌਣ ਹੈ, ਵੀ ਹੈਵ ਟੂ ਗੋ। ਓਕੇ, ਅਸੀਂ ਜਿਹੜੀ ਗੁਰੂ ਪ੍ਰਤੀ ਸਾਡਾ ਸ਼ਰਧਾ ਅਤੇ ਸਤਿਕਾਰ ਹੈ ਉਸਨੂੰ ਵੇਖਦੇ ਅਸੀਂ ਸਾਰਿਆਂ ਕੋਲ ਜਾਣਾ। ਉਹ ਸੋਚੀ ਤਾਂ ਮੈਂ ਕਹਿ ਸਕਦਾ ਕਿ ਗੁਰੂ ਨੇ ਬਖਸ਼ੀ, ਪਰ ਉਸਦੇ ਜਾਣ ਦੇ ਨਾਲ ਮੈਂ ਸਮਝਦਾ ਕਿ ਮਨਜੀਤ ਸਿੰਘ ਨੂੰ ਬੜੀ ਤਾਕਤ ਮਿਲੀ ਸੀ ਇਸ ਗੱਲ ਤੋਂ। ਨਾ ਮਨਜੀਤ ਸਿੰਘ ਕਾਰ ਕਰ ਸਕਦੇ ਹਾਂ, ਅਸੀਂ ਕਰ ਸਕਦੇ ਹਾਂ, ਪਰ ਸਾਨੂੰ ਬਹਾਦਰਾਂ ਦੇ ਕਈ ਸੁਨੇਹੇ ਆਏ ਇਸ ਕੋਲ ਕਿਉਂ ਗਏ ਹੋ, ਮੈਂ ਕਿਹਾ ਜੇ ਤੁਹਾਡੇ ਕੋਲ ਗਿਆ। ਚਲੋ ਇਹ ਗੱਲ ਲੈ ਗੱਲ ਹੈਗੀ ਕਿ ਬਹਾਦਰਾਂ ਦੇ ਖਿਲਾਫ ਸੰਘਰਸ਼ ਹਿੰਦੁਸਤਾਨ ਦੇ ਵਿੱਚ ਅਗਰ ਕਿਸੇ ਨੇ ਸ਼ੁਰੂ ਕੀਤਾ ਸੀ, ਸ਼ੁਰੂ ਤੇ ਬਣਿਆ ਕੀਤਾ, ਪਰ ਕਿਸੇ ਕਿਸਮ ਦਾ ਇਹਨਾਂ ਨਾਲ ਸਮਝੌਤਾ ਨਹੀਂ ਕੀਤਾ ਤਾਂ ਸਾਡੀ ਪਾਰਟੀ ਹੈ। ਪੰਜਾਬ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਤੇ ਰਵਿੰਦਰ ਸਿੰਘ ਹੈਗੇ, ਬਾਕੀ ਸਾਰੇ ਬੰਦੇ ਇਹਨਾਂ ਨਾਲ ਟੁੱਟਦੇ ਰਹੇ, ਜੁੜਦੇ ਰਹੇ, ਟੁੱਟਦੇ ਰਹੇ, ਜੁੜਦੇ ਗਏ। ਇਹ ਗੱਲ ਸਾਡਾ ਸਮਝੌਤਾ ਮਨਜੀਤ ਸਿੰਘ ਨਾਲ ਪਹਿਲੀ ਵਾਰ ਨਹੀਂ ਹੋਇਆ, 2007 ਵਿੱਚ ਹੋਇਆ ਸੀ ਨਵੰਬਰ ਦਸੰਬਰ 'ਚ, ਪਰ ਬਾਦਲਾਂ ਦੀ ਤਾਕਤ ਜ਼ਿਆਦਾ ਸੀ, ਇਹਨਾਂ ਨੂੰ ਬਾਦਲਾਂ ਨੂੰ ਜਦ ਪਤਾ ਚੱਲਿਆ ਵੀ ਸਾਡੀ ਗੱਲਬਾਤ ਚੱਲ ਰਹੀ ਹੈ, ਉਹ ਮਨਜੀਤ ਸਿੰਘ ਨੂੰ ਲੈ ਗਏ। ਅਸਲ ਗੱਲ ਹੈਗੀ ਕਿ ਜਿਵੇਂ ਤੁਸੀਂ ਕਿਹਾ ਵੀ ਦੋਸ਼ ਪ੍ਰਤੀ ਦੋਸ਼ ਲੱਗਦੇ ਰਹੇ, ਕਰਦੇ ਰਹੇ, ਮੈਂ ਇਹ ਗੱਲ ਕਹਿ ਸਕਦਾ ਵਾਂ ਕਿ ਦੋਸ਼ ਲੱਗੇ ਨੇ ਸਾਡੇ ਤੇ ਇਲੈਕਸ਼ਨਾਂ ਜਿੱਤਣ ਦੇ ਲਈ, ਦਿੱਲੀ ਕਮੇਟੀ 'ਤੇ ਕਬਜ਼ਾ ਕਰਨ ਦੇ ਲਈ, ਪਰ ਇੱਕ ਪੈਸੇ ਦੀ ਰਵਾਦਾਰੀ ਸਾਡੇ 'ਤੇ ਕੋਈ ਕੱਢ ਨਹੀਂ ਸਕਿਆ ਇੱਕ ਪੈਸੇ ਦੇ। ਔਰ ਜੇ ਅਸੀਂ ਪ੍ਰਬੰਧ ਕੀਤਾ ਜਿਹਦੇ ਨਾਲ ਸਾਡਾ ਸਕੂਲ ਵੀ ਵਧੀਆ ਚੱਲੇ, ਸਭ ਕੁਛ ਚੱਲੇ,
ਅਫਸੋਸ ਦੀ ਗੱਲ ਇਹ ਹੈਗੀ ਕਿ ਸਭ ਤੋਂ ਵੱਧ ਨੁਕਸਾਨ ਕੌਮ ਦਾ ਬਾਦਲਾਂ ਨੇ ਇਹ ਕੀਤਾ ਜਿਹੜਾ ਦਿੱਲੀ ਅਸੀਂ ਫੈਸਲਾ ਕੀਤਾ ਸੀ ਕਿ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਜਿਹੜਾ ਹੈਗਾ ਉਸਨੂੰ ਅਸੀਂ ਸ਼ੁਰੂ ਕਰਨਾ ਹੈ। ਨਾਂ ਤਾਂ ਹੈਗਾ ਗੁਰੂ ਹਰਕ੍ਰਿਸ਼ਨ ਹਸਪਤਾਲ, ਪਰ ਬਾਲਾ ਸਾਹਿਬ ਹੋਣ ਕਰਕੇ ਜਿਹੜਾ ਬਾਲਾ ਸਾਹਿਬ ਮਸ਼ਹੂਰ ਹੋ ਗਿਆ। ਇਹ ਮਨਜੀਤ ਸਿੰਘ ਉਹਨਾਂ ਨੂੰ ਪਤਾ ਹੈ ਕਿ ਦਸੰਬਰ 1999 ਦੇ ਵਿੱਚ ਇਹਦਾ ਨੀਂਹ ਪੱਥਰ ਪਹਿਲੇ ਰੱਖਿਆ ਗਿਆ ਸੀ। ਉਸ ਵਕਤ ਸਾਡੀ ਕਮੇਟੀ ਤੇ ਮਨਜੀਤ ਸਿੰਘ ਦੀ ਕਮੇਟੀ ਇਕੱਠੀ ਸੀ, ਪ੍ਰਧਾਨ ਮੈਂ ਸੀ, ਜਨਰਲ ਸਕੱਤਰ ਇਹਨਾਂ ਦਾ ਸੀ। ਜਦ ਇਹ ਪੱਥਰ ਰੱਖਿਆ ਗਿਆ ਸਾਰੀਆਂ ਚੀਜ਼ਾਂ ਹੋ ਗਈਆਂ, ਇਹ ਜ਼ਮੀਨ ਵੀ ਕਬਜ਼ਾ 20 ਸਾਲ ਪਹਿਲੇ ਦਾ ਹੋਇਆ ਸੀ, ਪਰ ਰੈਗੂਲਰਾਈਜ਼ ਜਿਹੜੀ ਸੀ ਉਸ ਵਕਤ ਅਸੀਂ ਉਸ ਵਕਤ ਦੀ ਭਾਜਪਾ ਦੀ ਸਰਕਾਰ ਤੋਂ, ਉਹਦੇ ਵਿੱਚ ਜਿਹੜੇ ਮਿਲਣ ਵਾਲੇ ਵਿਅਕਤੀ ਸਨ, ਰਾਮ ਜੇਠਮਲਾਨੀ ਸੀ ਸਾਡੇ ਬਹੁਤ ਸੰਬੰਧ ਸਨ, ਮਦਨ ਲਾਲ ਖੁਰਾਣੇ ਨਾਲ ਸੰਬੰਧ ਸਨ, ਸਾਹਿਬ ਸਿੰਘ ਨਾਲ ਵੀ ਕਿਸੇ ਦੇ ਸੰਬੰਧ ਸਨ, ਉਹਨਾਂ ਸਾਰਿਆਂ ਨੂੰ ਸਾਨੂੰ ਜਗ੍ਹਾ ਰੈਗੂਲਰਾਈਜ਼ ਕਰਾ ਕੇ ਦਿੱਤੀ। ਹੁਣ ਰੈਗੂਲਰਾਈਜ਼ ਕਰਨ ਤੋਂ ਬਾਅਦ ਜਦ ਅਸੀਂ ਹਟੇ ਤਾਂ ਮਈ ਦੇ ਵਿੱਚ ਅਵਤਾਰ ਸਿੰਘ ਹਿੱਤ ਬਾਦਲ ਦੇ ਵੱਲੋਂ ਅਵਤਾਰ ਸਿੰਘ ਹੁਤੋਰਾ ਨੇ ਉਸਨੂੰ ਲਾ ਕੇ ਬਾਦਲ ਨੇ ਤੋੜ ਕੇ ਪ੍ਰਕਾਸ਼ ਸਿੰਘ ਬਾਦਲ ਕੋਲ ਪਾਇਆ ਸੀ ਬੈਠਾ। ਬਿਲਕੁਲ, ਤੁਸੀਂ ਦੋਵੇਂ ਤੁਸੀਂ ਬਾਅਦ ਪੁੱਛੋਗੇ, ਬਾਅਦ ਪੁੱਛਣਾ ਜੀ। ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਜੋ ਖਾਲੀ ਇਹ ਹੀ ਨਹੀਂ ਹੈ, ਜੋ ਸਿੱਖੀ ਨਾਲ ਧਰੋਹ ਇਹਨਾਂ ਨੇ ਕਮਾਇਆ ਔਰ ਉਹਦੀ ਆਸਤਾ ਆਸਤਾ ਪਰਤਾਂ ਆਉਂਦੀਆਂ ਗਈਆਂ, ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਬਖਸ਼ਿਆ। ਮੈਂ ਅੱਜ ਨਾਂ ਨਹੀਂ ਲੈਣਾ ਚਾਹੁੰਦਾ, ਸਾਡੇ ਇੱਕ ਮੈਂਬਰ ਨੇ ਇਹਨਾਂ ਦੇ ਕਿਸੇ ਬਹੁਤ ਸੀਨੀਅਰ ਮੈਂਬਰ ਨੂੰ ਪੁੱਛਿਆ ਤੇਰੀ ਸਫਲਤਾ ਦਾ ਰਾਜ ਕੀ ਹੈ, ਕਹਿਣ ਲੱਗਾ ਗੱਲ ਹੈਗੀ ਕਿ ਮੇਰਾ ਹੱਥ ਨਹੀਂ ਜਾ ਰਿਹਾ ਉੱਪਰ, ਤੇ ਜੇ ਮੈਨੂੰ ਗੁਰੂ ਗ੍ਰੰਥ ਸਾਹਿਬ ਤੇ ਪੈਰ ਰੱਖਣਾ ਪਏਗਾ ਮੈਂ ਗੁਰੇਜ਼ ਨਹੀਂ ਕਰਾਂਗਾ। ਇਹ ਗੱਲ ਤੇ ਬੜੀ ਪੁਰਾਣੀ ਹੈ, 22 ਸਾਲ ਪੁਰਾਣੀ ਹੈ, ਪਰ ਅੱਜ ਗੱਲ ਸਨਾ ਸਾਹਿਬ ਇਹ ਸਾਬਤ ਹੋਈ ਕਿ ਰਾਜਸੀ ਸੱਤਾ ਲੈਣ ਦੇ ਲਈ ਦੋਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਨੂੰ ਦਾਤ ਲਾਤਾ ਜੀ। ਸਨਾ ਸਾਹਿਬ ਕਰਪਸ਼ਨਾਂ ਹੋਈਆਂ ਜੋ ਹੋਈਆਂ, ਜੋ ਸੱਤਿਆਨਾਸ਼ ਹੋਇਆ ਕੌਮ ਦੇ ਨਾਲ ਜੀ, ਉਹ ਹੋਇਆ ਸਿੱਖੀ ਨਿਰਤਨ ਮੂਧ ਕਰਨ ਦੇ ਤੁਲੇ ਹੋਏ ਨੇ ਜੀ। ਅੱਜ ਚਲੋ ਤੁਸੀਂ ਜਿਹੜਾ ਸਵਾਲ ਪੁੱਛਣਾ ਪੁੱਛਣਾ ਫਿਰ ਮੇਰੀ ਤਾਂ ਗੱਲ। ਸਨਾ ਸਾਹਿਬ ਮੈਂ ਇੱਥੇ ਗੱਲ ਇਹ ਕਹਿਣਾ ਚਾਹੁੰਦਾ ਕਿ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਬਈ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਚਾਹੁੰਦਾ ਕਿ ਮੇਰਾ ਪੰਥ ਜੀਵੇ, ਹੈ ਨਾ, ਭਾਵੇਂ ਮੈਂ ਮਰਾਂ। ਸੋ ਉਹ ਗੱਲ ਨੂੰ ਅਸੀਂ ਵੀ ਮੰਨਦੇ ਹਾਂ, ਪਰ ਦੋਵਾਂ ਦੇ ਉੱਤੇ ਗੋਲਕ ਚੋਰੀ ਦੇ ਇਲਜ਼ਾਮ, ਤੁਹਾਡੇ ਦੋਵਾਂ ਦੇ ਉੱਤੇ ਕਰਪਸ਼ਨ ਦੇ ਇਲਜ਼ਾਮ, ਤੁਹਾਡੇ ਦੋਵਾਂ ਦੇ ਉੱਤੇ ਬਾਲਾ ਸਾਹਿਬ ਹਸਪਤਾਲ ਨੂੰ ਲੈ ਕੇ ਤੁਹਾਡੇ ਉੱਤੇ ਇਲਜ਼ਾਮ ਹੈ ਕਿ ਤੁਸੀਂ ਬਾਲਾ ਸਾਹਿਬ ਹਸਪਤਾਲ ਦੀ ਜ਼ਮੀਨ ਵੇਚਤੀ ਸੀਗੀ, ਖੁਦ ਆਪ ਮਨਜੀਤ ਸਿੰਘ ਜੀ ਕੇ ਹੋਰਾਂ ਨੇ ਇਸ ਗੱਲ ਨੂੰ ਕਿਹਾ ਸੀਗਾ ਕਿ ਤੁਸੀਂ ਜ਼ਮੀਨ ਵੇਚੀ, ਅਤੇ ਨਾਲ ਇਸੀ ਪਿਛਲੇ ਸਾਲ ਇਸੀ ਮੰਥ ਦੇ ਵਿੱਚ ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਮਨਜੀਤ ਸਿੰਘ ਜੀ ਕੇ ਹੋਰਾਂ ਦੇ ਉੱਤੇ ਕਈ ਸਾਰੇ ਇਲਜ਼ਾਮ ਲਾਏ ਕਿ ਇਹਨਾਂ ਨੇ ਫਰਜ਼ੀ ਬਿੱਲ ਬਣਵਾ ਕੇ ਪੈਸੇ ਵਿਦਡਰੋਅ ਕਰਵਾਏ ਹਨ, ਔਰ ਤੁਹਾਡੇ ਹੀ ਪਾਰਟੀ ਦੇ ਕਈ ਬੰਦਿਆਂ ਨੇ ਇਸ ਗੱਲ ਨੂੰ ਵੀ ਮੰਨਿਆ, ਸਾਡੇ ਕੋਲ ਬਕਾਇਦਾ ਉਹ ਵੀਡੀਓਜ਼ ਵੀ ਮੌਜੂਦ ਨੇ। ਜਿਹੜੀ ਲੜਾਈ ਹੈਗੀ ਹੈ ਇਹ ਵਾਕਈ ਹੀ ਸਿੱਖ ਕੌਮ ਦੇ ਜਿਹੜੇ ਮਸਲੇ ਹਨ ਉਹਨਾਂ ਦੀ ਲੜਾਈ ਹੈ, ਜਾਂ ਫਿਰ ਇਹ ਲੜਾਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਕੁਰਸੀ ਦੀ ਲੜਾਈ ਹੈ? ਸਵਾਲ ਵੱਡੇ ਇੱਥੇ ਆ ਬਣਦੇ ਹਨ। ਇਸ ਮੁੱਦੇ ਨੂੰ ਅਸੀਂ ਇਸ ਤਰੀਕੇ ਨਾਲ ਜਾਰੀ ਰੱਖਾਂਗੇ। ਫਿਲਹਾਲ ਇੱਕ ਬ੍ਰੇਕ ਲਈ ਰੁਕ ਰਿਹਾ, ਔਰ ਬ੍ਰੇਕ ਤੋਂ ਬਾਅਦ ਲਗਾਤਾਰ ਸਾਡਾ ਮੁੱਦਾ ਜਾਰੀ ਰਹੇਗਾ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਪਰਮਜੀਤ ਸਿੰਘ ਸਰਨਾ, ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਨਾਲ ਹੀ ਪ੍ਰੈਜੀਡੈਂਟ ਸ਼੍ਰੋਮਣੀ ਅਕਾਲੀ ਦਲ ਦਿੱਲੀ, ਅਤੇ ਉੱਥੇ ਦੂਜੇ ਪਾਸੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰੈਜੀਡੈਂਟ ਜਾਗੋ ਪਾਰਟੀ, ਦੋਵੇਂ ਸਾਡੇ ਨਾਲ ਇਸ ਮੰਚ ਦੇ ਉੱਤੇ ਮੌਜੂਦ ਨੇ, ਅਤੇ ਦੋਵਾਂ ਦਾ ਅਸੀਂ ਮੁੜ ਤੋਂ ਸਵਾਗਤ ਕਰਦੇ ਹਾਂ। ਬ੍ਰੇਕ ਤੋਂ ਜਾਣ ਤੋਂ ਪਹਿਲਾਂ ਮੈਂ ਸਵਾਲ ਕੀਤਾ ਸੀਗਾ ਜੀ ਕਿ ਇਹ ਸਿੱਖ ਕੌਮ ਦੇ ਮਸਲਿਆਂ ਦੀ ਲੜਾਈ ਹੈ ਜਾਂ ਫਿਰ ਲੜਾਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੁਰਸੀ ਦੀ ਹੈ? ਸਰਦਾਰ ਮਨਜੀਤ ਸਿੰਘ ਜੀ ਕੇ ਹੋਰਾਂ ਤੋਂ ਜਾਣਨਾ ਚਾਹਾਂਗਾ ਜੀ। ਇਹ ਜਿਹੜੀ ਸਾਡੀ ਲੜਾਈ ਹੈ, ਇਹ ਲੜਾਈ ਜਿਹੜੀ ਹੈ ਇਹ ਕੌਮੀ ਮਸਲਿਆਂ ਦੀ ਹੈ, ਔਰ ਇਸ ਕੌਮੀ ਮਸਲਿਆਂ 'ਤੇ ਤੁਸੀਂ ਮਨਜੀਤ ਸਿੰਘ ਜੀ ਕੇ ਜਾਂ ਪਰਮਜੀਤ ਸਿੰਘ ਸਰਨਾ ਇਕੱਠੇ ਹੋਣ ਦੀ ਗੱਲ ਨਾ ਸਮਝੋ। ਇਸ ਵੇਲੇ ਐਸੀਆਂ ਧਿਰਾਂ ਇਕੱਠੀਆਂ ਹੋ ਰਹੀਆਂ ਨੇ ਜਿਹੜੀਆਂ ਧਿਰਾਂ ਆਪਸ 'ਚ ਇੱਕ ਦੂਜੇ ਨੂੰ ਆਈ ਟੂ ਆਈ ਵੇਖਦੀਆਂ ਵੀ ਨਹੀਂ ਸੀਗੀਆਂ, ਕਿਉਂਕਿ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਗੱਲ ਕਰਦੀ ਜਦੋਂ ਇੱਕ ਸਰੂਪ ਦੀ ਬੇਅਦਬੀ ਹੋਈ ਸੀ
ਤੇ ਪੂਰਾ ਪੰਜਾਬ ਸਟੈਂਡ ਸਟਿਲ ਹੋ ਗਿਆ ਸੀਗਾ। ਬਾਦਲ ਪਰਿਵਾਰ ਘਰੋਂ ਨਹੀਂ ਨਿਕਲ ਸਕਿਆ ਸੀਗਾ। ਮੈਂ ਸਮਝਦਾ ਕਿ ਚੰਡੀਗੜ੍ਹ ਦੇ ਘਰ ਤੋਂ ਬਾਹਰ ਜਾਣਾ ਇਹਨਾਂ ਵਾਸਤੇ ਮੁਸ਼ਕਿਲ ਹੋ ਗਿਆ ਸੀਗਾ। ਲੇਕਿਨ ਅੱਜ ਐਸੀ ਗੱਲ ਹੋ ਗਈ ਹੈ ਕਿ ਪਹਿਲੇ 9 ਸਰੂਪ, ਫਿਰ 14 ਸਰੂਪ, ਫਿਰ 267 ਸਰੂਪ, ਫਿਰ 328 ਸਰੂਪ, ਅੱਜ 467 ਸਰੂਪ, 80 ਸਰੂਪ ਹੋਰ ਨਿਕਲ ਆਏ ਨੇ। ਮੇਰਾ ਖਿਆਲ ਇਹ ਸਰੂਪਾਂ ਦੀ ਗਿਣਤੀ ਹਜ਼ਾਰਾਂ 'ਚ ਚਲੀ ਗਈ। ਔਰ ਉਹਦੇ ਬਾਅਦ ਕਮੇਟੀ ਬਣਦੀ ਹੈ, ਕਮੇਟੀ ਬਣਦੀ ਹੈ, ਕਮੇਟੀ ਅਕਾਲ ਤਖ਼ਤ ਸਾਹਿਬ ਬਣਾਉਂਦੇ ਨੇ, ਉਹ ਰਿਪੋਰਟ ਦਿੰਦੇ ਨੇ, ਰਿਪੋਰਟ ਐਸ ਜੀ ਪੀ ਸੀ ਨੂੰ ਦਿੱਤੀ ਜਾਂਦੀ ਹੈ, ਐਕਸ਼ਨ ਕਰਨ ਦੀ ਗੱਲ ਹੁੰਦੀ ਹੈ। ਐਸ ਜੀ ਪੀ ਸੀ ਆਪਣੀ ਐਗਜੈਕਟਿਵ ਮੀਟਿੰਗ ਬੁਲਾਉਂਦੀ ਹੈ, ਉਹਦੇ ਵਿੱਚ ਉਹ ਥੱਲੇ ਅਫਸਰਾਂ ਦੇ ਉੱਤੇ ਐਕਸ਼ਨ ਲੈਂਦੀ ਹੈ, ਆਖਦੀ ਹੈ ਕਿ ਅਸੀਂ ਸ਼ਾਹੀ ਦੇ ਪੈਸੇ, ਅਸੀਂ ਕਾਗਜ਼ ਦੇ ਪੈਸੇ ਅਸੀਂ ਰਿਕਵਰ ਕਰਾਂਗੇ। ਔਰ ਅਸੀਂ ਦਿੱਲੀ ਦਿੱਲੀ ਦੇ ਵਿੱਚ ਜਾਗੋ ਪਾਰਟੀ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਘਰ ਧਰਨਾ ਰੱਖਦੇ ਹਾਂ, ਔਰ ਉਹਦੇ ਇਸ਼ੂ ਇਹ ਲੈਂਦੇ ਹਾਂ ਕਿ ਤੁਸੀਂ ਕਿਉਂ ਫਸਾ ਰਹੇ ਹੋ ਥੱਲੇ ਅਫਸਰਾਂ ਨੂੰ। ਜਿਹੜੇ ਸਰੂਪ ਗਏ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਆਖੇ ਗਏ ਨੇ। ਕਾਰਨ ਕੀ ਸੀ ਕਿ 2007 'ਚ ਜਦੋਂ ਉਹਨਾਂ ਨੇ ਗੁਰੂ ਸਾਹਿਬ ਵਰਗੀ ਰਾਮ ਰਹੀਮ ਨੇ ਉਹ ਡੇਰੇ ਸੱਚੇ ਸੌਦੇ ਵਾਲੇ ਨੇ ਜਿਹੜੀ ਵਰਦੀ ਪਾਈ ਸੀਗੀ, ਉਹਦੇ ਬਾਅਦ ਅਕਾਲ ਤਖ਼ਤ ਸਾਹਿਬ ਨੇ ਇਹ ਐਲਾਨ ਕਰ ਦਿੱਤਾ ਸੀਗਾ ਕਿ ਰੋਟੀ ਬੇਟੀ ਦੀ ਸਾਂਝ ਇਹਦੇ ਨਾਲ ਖਤਮ ਹੋ ਗਈ। ਡੇਰਾ ਪ੍ਰੇਮੀਆਂ 'ਚ ਬਹੁਤ ਸਾਰੇ ਸਿੱਖ ਸੀਗੇ, ਜਦੋਂ ਉਹਨਾਂ ਦੇ ਘਰ ਕੋਲ ਖੁਸ਼ੀ ਗਮੀ ਹੁੰਦੀ ਸੀ ਉਹ ਸਰੂਪ ਮੰਗਿਆ ਕਰਦੇ ਸੀ ਗੁਰਦੁਆਰਿਆਂ 'ਚੋਂ, ਗੁਰਦੁਆਰਿਆਂ ਦੇ ਸਰੂਪ ਇਹਨੇ ਬੰਦ ਕਰਤੇ। ਅਤੇ ਉਦੋਂ ਸੁਖਬੀਰ ਬਾਦਲ ਨੂੰ ਡਾਇਰੈਕਟ ਇਹਨਾਂ ਨੇ ਡੇਰੇ ਵਾਲਿਆਂ ਨੇ ਕੰਟੈਕਟ ਕੀਤਾ ਕਿ ਸਾਨੂੰ ਸਰੂਪ ਨਹੀਂ ਮਿਲਦੇ, ਸਰੂਪ ਦਿਓ। ਸੁਖਬੀਰ ਸਿੰਘ ਬਾਦਲ ਨੇ ਸਰੂਪ ਉਹਨਾਂ ਨੂੰ ਟਰੱਕਾਂ ਦੇ ਟਰੱਕ ਭਰ ਕੇ ਦਿੱਤੇ, ਜਿਹੜੇ ਅੱਜ ਮਿਸਿੰਗ ਨੇ, ਨਾਮ ਲੱਗ ਰਿਹਾ ਥਲਵੇਂ ਅਫਸਰਾਂ ਦੇ। ਉਹਨਾਂ ਡੇਰਿਆਂ ਨੂੰ ਸਰੂਪ ਦਿੱਤੇ ਗਏ ਜਿਹਨਾਂ ਨੂੰ ਅਕਾਲ ਤਖ਼ਤ ਸਾਹਿਬ ਨੇ ਬੈਨ ਕੀਤਾ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਸਭਾ ਨੇ ਕਹਿਤੇ ਜੀ ਜਿਹੜੇ ਡੇਰੇ ਨੂੰ ਅਸੀਂ ਮਨਾ ਕੀਤੇ ਸੀ ਸਰੂਪ ਉੱਥੇ ਡਾਇਰੈਕਟ ਪਹੁੰਚ ਗਏ। ਕਿਉਂ ਪਹੁੰਚੇ? ਕਿਉਂਕਿ ਬੀਬਾ ਨੇ ਇਲੈਕਸ਼ਨ ਲੜਨੀ ਸੀਗੀ ਬਠਿੰਡਾ ਕੌਂਸਟੀਚੁਐਂਸੀ 'ਚ, ਔਰ ਬਠਿੰਡਾ ਕੌਂਸਟੀਚੁਐਂਸੀ 'ਚ ਮੈਕਸੀਮਮ ਡੇਰਾ ਪ੍ਰੇਮੀ ਨੇ। ਤੁਸੀਂ ਦੇਖੋ 2017 ਦੇ ਵਿੱਚ, 2014 ਦੇ ਵਿੱਚ ਬੜੇ ਥੋੜੇ ਮਾਰਜਨ ਨਾਲ ਬੀਬਾ ਜਿੱਤਦੀ ਹੈ, ਔਰ 2019 'ਚ ਵੀ ਉਹੀ ਗੱਲ ਹੁੰਦੀ ਹੈ ਕਿ ਬਹੁਤ ਥੋੜੇ ਮਾਰਜਨ ਨਾਲ ਬੀਬਾ ਦੁਬਾਰਾ ਜਿੱਤਦੀ ਹੈ, ਕਿਉਂਕਿ ਡੇਰਾ ਪ੍ਰੇਮੀਆਂ ਦੀ ਵੋਟਾਂ ਇਹਨਾਂ ਨੂੰ ਚਾਹੀਦੀਆਂ ਸੀਗੀਆਂ। ਇਸ ਕਰਕੇ ਬਣਾ ਕੇ ਡੇਰੇ ਨੂੰ ਮਾਫ਼ੀ ਦੇਣ ਦੀ ਵੀ ਗੱਲ ਕੀਤੀ ਗਈ ਕਿ ਜਿਹੜੀ ਡੇਰੇ ਦੇ ਮੁਖੀ ਨੇ ਚਿੱਠੀ ਲਿਖੀ ਨਹੀਂ, ਗਿਆਨੀ ਗੁਰਮੁਖ ਸਿੰਘ ਹੋਰੀ ਜਿਹੜੇ ਤਖ਼ਤ ਦਮਦਮਾ ਸਾਹਿਬ ਦੇ ਉਸ ਵੇਲੇ ਕਾਰਜਕਾਰੀ ਜਥੇਦਾਰ ਸੀਗੇ, ਉਹਨਾਂ ਨੇ ਆਪਣੇ ਬਿਆਨ 'ਚ ਕਿਹਾ। ਔਰ ਦੂਜੀ ਗੱਲ, ਜਿਹੜੇ ਉਸ ਵੇਲੇ ਗਿਆਨੀ ਇਕਬਾਲ ਸਿੰਘ ਹੋਰੀ ਪਟਨਾ ਸਾਹਿਬ ਤੋਂ ਜਿਹੜੇ ਤਖ਼ਤ ਦੇ ਜਥੇਦਾਰ ਸਾਹਿਬ ਸੀ, ਕਿ ਚਿੱਠੀ ਵੀ ਜਿਹੜੀ ਹੈ ਅਕਾਲ ਤਖ਼ਤ ਦੇ ਟਾਈਪ ਰਾਈਟਰ 'ਤੇ ਟਾਈਪ ਹੋਈ ਹੈ। ਮੈਂ ਸਮਝਦਾ ਵਾਂ ਕਿ ਇਹ ਗੁਰੂ ਨਾਲ ਜਿਹੜਾ ਧਰੋਹ ਕੀਤਾ ਨਾ, ਇਸਨੇ ਮਜਬੂਰ ਕਰ ਦਿੱਤਾ ਕਿ ਸਾਨੂੰ ਆਪਣੀਆਂ ਛੋਟੀਆਂ ਰਾਜਨੀਤੀਆਂ ਜਾਂ ਦੁਸ਼ਮਣੀਆਂ ਛੱਡ ਕੇ ਇੱਕ ਮੰਚ ਤੇ ਆਉਣ ਵਾਸਤੇ। ਇਹਦੇ 'ਚ ਮੈਂ ਤੇ ਸਰਨਾ ਸਾਹਿਬ ਨਹੀਂ ਹਾਂ, ਬਹੁਤ ਵੱਡਾ ਇੱਕ ਕਾਫਲਾ। ਪਰ ਮੈਂ ਇੱਕ ਗੱਲ ਜ਼ਰੂਰ ਜਾਣਨਾ ਚਾਹੁੰਦਾ, ਤੁਸੀਂ ਦੋਵੇਂ ਪ੍ਰਧਾਨ ਰਹੇ, ਤੁਸੀਂ ਦੋਵੇਂ ਅੰਦਰ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੜ੍ਹਾਂ ਨੂੰ ਪਹਿਚਾਣਦੇ ਹੋ, ਸਮਝਦੇ ਹੋ। ਅੱਜ ਤੱਕ ਜਿਹੜੇ ਸਕੂਲਾਂ ਦੀ ਫੀਸ ਦਾ ਮਸਲਾ ਹੈ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵੱਖ ਵੱਖ ਬ੍ਰਾਂਚਿਸ ਹਨ, ਟੀਚਰਸ ਦੀ ਸਕੂਲ ਟੀਚਰਾਂ ਦੀ ਜਿਹੜੀ ਸੈਲਰੀ ਹੈਗੀ ਹੈ ਉਹ ਸਰਨਾ ਸਾਹਿਬ ਤੋਂ ਲੈ ਕੇ ਜਗਜੀਤ ਸਿੰਘ ਜੀ ਕੇ ਜੀ ਤੁਸੀਂ ਵੀ ਪ੍ਰਧਾਨ ਰਹੇ, ਉਹ ਮਸਲਾ ਹਜੇ ਵੀ ਉੱਥੇ ਦੇ ਉੱਤੇ ਖਲੋਤਾ ਹੋਇਆ। ਕੀ ਚੱਕਰ ਹੈਗਾ ਕਿ ਅੱਜ ਜੀ ਐਚ ਪੀ ਐਸ ਸਕੂਲ ਦੀਆਂ ਜਿਹੜੀਆਂ ਫੀਸਾਂ ਨੇ ਉਹ ਨਹੀਂ ਭਰੀਆਂ ਗਈਆਂ? ਮੈਂ ਸਰਦਾਰ ਪਰਮਜੀਤ ਸਿੰਘ ਸਰਨਾ ਹੋਰਾਂ ਤੋਂ ਜਾਣਨਾ ਚਾਹਾਂਗਾ, ਸਰਨਾ ਸਾਹਿਬ ਤੁਹਾਡੇ ਕਾਰਜਕਾਲ ਤੋਂ ਚੱਲਦਾ ਹੋਇਆ ਆ ਰਿਹਾ ਮਸਲਾ, ਕਿ ਤੁਹਾਨੂੰ ਲੱਗਦਾ ਨਹੀਂ ਕਿ ਅਸੀਂ ਵਾਕਈ ਟੀਚਰਸ ਦੇ ਨਾਲ ਵੀ ਧੱਕਾ ਕੀਤਾ? ਤੁਸੀਂ ਸਵਾਲ ਕੀਤਾ, ਠੀਕ ਹੈ ਨਾ ਜੀ, ਉਹ ਸਰਕਾਰ ਪ੍ਰਬੰਧਕ ਰਹਿਣ ਅਨੁਸਾਰ ਮੇਰੇ ਟੈਨਿਓਰ ਦੇ ਵਿੱਚ ਪਹਿਲੀ ਤਰੀਕ ਨੂੰ ਤਨਖਾਹਾਂ ਟੀਚਰਾਂ ਦੇ ਅਕਾਊਂਟ 'ਚ ਚਲੀਆਂ ਜਾਂਦੀਆਂ ਸਨ। ਅਕਾਊਂਟਸ ਉੱਥੇ ਹੈਗੇ, ਇਹ ਕੋਈ ਬਣੀਆਂ ਦੀ ਪਰਚੀ ਨਹੀਂ ਹੈ ਵੀ ਮਾਲ ਵੇਚਿਆ ਪਰਚੀ ਫਾੜ ਕੇ ਸੁੱਟਤੀ। 3 ਮਹੀਨੇ ਦੀਆਂ ਤਨਖਾਹਾਂ ਕਰੰਟ ਅਕਾਊਂਟ 'ਚ ਹੁੰਦੀਆਂ ਸਨ, ਉਸ ਤੋਂ ਇਲਾਵਾ ਐਫ ਡੀਆਂ ਬਣਦੀਆਂ ਸਨ, ਇਹ ਸਾਡੀਆਂ ਸਟੈਂਡਿੰਗ ਇੰਸਟਰਕਸ਼ਨ ਸਨ। ਸਿਰਫ ਇੱਕ ਸਕੂਲ ਜਿਹੜਾ ਫਤਿਹਨਗਰ ਦਾ ਸਕੂਲ ਜਿਹੜਾ ਇਹਨਾਂ ਨੇ ਬਣਾਇਆ ਸੀ ਬਾਦਲਾਂ ਨੇ, ਉਹ ਢਹਿ ਗਿਆ। ਢਹਿਣ ਤੋਂ ਬਾਅਦ ਅਸੀਂ ਸ਼ਿਫਟ ਕਰ ਗਏ, ਉੱਥੇ ਤਨਖਾਹਾਂ ਲੇਟ ਹੁੰਦੀਆਂ ਸਨ, ਕਿਉਂਕਿ ਮੈਂ ਫੈਸਲਾ ਕੀਤਾ ਹੋਇਆ ਸੀ ਬਈ ਪਬਲਿਕ ਸਕੂਲਾਂ ਦੇ ਵਿੱਚ ਫੰਡ ਗੁਰਦੁਆਰਾ ਕਮੇਟੀ 'ਚੋਂ ਨਹੀਂ ਜਾਂਦੇ, ਇਹ ਮੇਰਾ ਫੈਸਲਾ ਸੀ। ਸਿਰਫ ਉਸ ਸਕੂਲ ਦੇ ਵਿੱਚ ਤਨਖਾਹਾਂ ਲੇਟ ਸਨ 2 ਮਹੀਨੇ ਦੀਆਂ, ਉਹ ਵੀ ਭਾਵੇਂ ਜਿਹੜਾ ਮਰਜ਼ੀ ਸੀ। ਮੈਂ ਕਿਹਾ ਜੀ ਚੇਅਰਮੈਨੀ ਕਰਨੀ ਆ
ਤੇ ਫੰਡ ਇਕੱਠੇ ਕਰਕੇ ਉਹਨੂੰ ਬਰਾਬਰ ਲਿਆ ਕੇ ਕਰ ਲਓ, ਨਹੀਂ ਤੇ ਅਸਤੀਫਾ ਦਿਓ, ਦੁਆ ਲਿਆਵਾਂਗੇ। ਠੀਕ ਹੈ, ਮੇਰੇ ਟੈਂਡਰ ਦੇ ਵਿੱਚ ਨਾ ਕਿਸੇ ਸਕੂਲ ਵਿੱਚ, ਨਾ ਕਿਸੇ ਕਾਲਜ ਵਿੱਚ, ਨਾ ਕਿਸੇ ਇੰਸਟੀਟਿਊਸ਼ਨ ਦੇ ਵਿੱਚ ਜੀ, ਹਰ ਇੰਸਟੀਟਿਊਸ਼ਨ ਦੇ ਵਿੱਚ ਕਰੋੜਾਂ ਰੁਪਏ ਆਪਾਂ ਛੱਡ ਕੇ ਗਏ ਹਾਂ। ਹਰ ਇੰਸਟੀਟਿਊਸ਼ਨ ਦੇ ਵਿੱਚ ਇਹ ਨਹੀਂ ਵੀ ਇਕੱਠੇ ਕਰਦੇ, ਦਸਾਂ ਚ ਹੈ ਤੇ ਦਸਾਂ ਚ ਨਹੀਂ, ਜਿਤਨੇ 20-22 ਇੰਸਟੀਟਿਊਸ਼ਨ ਸਨ ਸਾਰਿਆਂ ਨੂੰ ਪੈਸੇ ਘਣੇ ਛੱਡ ਕੇ ਗਏ ਹਾਂ ਵੀ ਕਿਸੇ ਨੂੰ ਕੋਈ ਕ੍ਰਾਈਸਿਸ ਆਵੇ ਤੇ ਸਾਨੂੰ ਕਿਸੇ ਦੀ ਲੋੜ ਨਹੀਂ ਹੈ। ਇਸ ਵਾਸਤੇ ਤੁਸੀਂ ਇਹ ਮੇਰੇ ਤੇ ਮਸਲਾ, ਮੇਰੇ ਤੇ ਮਸਲਾ ਸੀ ਸਿੱਖ ਪੇ ਕਮਿਸ਼ਨ ਦਾ। ਸਿੱਖ ਪੇ ਕਮਿਸ਼ਨ ਮੈਂ ਉਸ ਪਰ ਦੇਣਾ ਚਾਹੁੰਦਾ ਸਾਂ, ਸਾਡੀਆਂ ਇਲੈਕਸ਼ਨਾਂ ਡਿਊ ਸਨ, ਮੈਂ ਕਿਹਾ ਜੇ ਸਿੱਖ ਪੇ ਕਮਿਸ਼ਨ ਦਿੱਤਾ ਫਿਰ ਮੈਨੂੰ ਫੀਸ ਵਧਾਉਣੀ ਪੈਣੀ ਹੈ। ਮੈਂ ਫੀਸ ਵਧਾਈ, ਇਹਨਾਂ ਕੋਲ ਹੋਰ ਤੇ ਕੋਈ ਪ੍ਰੋਪਗੈਂਡਾ ਹੋਣਾ ਨਹੀਂ ਤੇ ਮੇਰੇ ਖਿਲਾਫ਼ ਇਹਨੇ ਫੀਸਾਂ ਵਧਾ ਦਿੱਤੀਆਂ, ਫੀਸਾਂ ਵਧਾ ਦਿੱਤੀਆਂ। ਔਰ ਫਿਰ ਅਸੀਂ ਰਿਟਰਨ ਦਿੱਤਾ ਸੀ 1 ਫਰਵਰੀ 2013 ਤੋਂ, ਕਾਰਜਕਾਲ ਸੀਗਾ, ਟੀਚਰਾਂ ਨੂੰ ਤਨਖਾਹਾਂ ਹਜੇ ਤੱਕ ਨਹੀਂ ਮਿਲੀਆਂ, 3-3, 4-4 ਮਹੀਨੇ ਦੀਆਂ ਤਨਖਾਹਾਂ ਜਿਹੜੀਆਂ ਉਹਨਾਂ ਦੀ ਪੈਂਡਿੰਗ ਹੈ। ਇੱਕ ਇਲਜ਼ਾਮ ਸਰਨਾ ਸਾਹਿਬ, ਇੱਕ ਇਲਜ਼ਾਮ ਤੁਹਾਡੇ ਉੱਤੇ ਹੋਰ ਵੀ ਲੱਗਦਾ ਕਿ ਤੁਸੀਂ ਕਾਂਗਰਸੀ ਹਿਮਾਇਤੀ ਹੋ ਔਰ ਤੁਸੀਂ ਕਾਂਗਰਸ ਨੂੰ ਕਾਫੀ ਸਾਰੇ ਫੇਵਰ ਦਿੱਤੇ। ਸ਼ੀਲਾ ਦੀਕਸ਼ਿਤ ਦੀ ਸਰਕਾਰ ਸੀਗੀ ਦਿੱਲੀ ਦੇ ਵਿੱਚ, ਕਈ ਸਾਰੇ ਸਮਾਗਮਾਂ ਦੇ ਉੱਤੇ ਇਹ ਵੇਖਿਆ ਗਿਆ ਕਿ ਤੁਹਾਡਾ ਸੋਫਟ ਕਾਰਨਰ ਸੀਗਾ ਕਾਂਗਰਸ ਦੇ ਨਾਲ, ਔਰ ਅੱਜ ਵੀ ਤੁਹਾਡਾ ਸੋਫਟ ਕਾਰਨਰ ਹੈਗਾ। ਜੀ ਮੇਰਾ ਸਾਫ ਕਰਨਾ ਹੈਗਾ ਕਿ ਇਸ ਤੋਂ ਪੁੱਛੋ ਸਰ ਮਨਜੀਤ ਸਿੰਘ ਕੋਲੋਂ, ਦਿੱਲੀ ਦੀ ਸਰਕਾਰ ਦੇ ਬਗੈਰ ਦਿੱਲੀ ਕਮੇਟੀ ਦੇ ਜਿਹੜੇ ਅਦਾਰੇ ਹੈਗੇ ਇਹ ਚੱਲ ਸਕਦੇ ਨੇ? ਇਹ ਚੱਲ ਸਕਦੇ ਕੋਈ ਵੀ ਸਾਡੇ ਰੈਗੂਲਰਾਈਜ਼ ਵੀ ਸਨ, ਬਿਲਡਿੰਗਾਂ ਵਗੈਰਾ ਸਾਰੀਆਂ ਚੀਜ਼ਾਂ ਸਰ ਰੈਗੂਲਰਾਈਜ਼ ਕਰਾਈਆਂ, ਸਾਡੇ ਸੰਬੰਧ ਅੱਛੇ ਸਨ ਨਾ, ਅੱਛੇ ਸੰਬੰਧਾਂ ਵਿੱਚ ਹੀ ਅਸੀਂ ਬਾਲਾ ਸਾਹਿਬ ਦੀ ਜਗ੍ਹਾ ਲੈ ਲਈ ਨਾ, ਫਿਰ ਬੀਜੇਪੀ ਨਾਲ ਜ਼ਿਆਦਾ ਅੱਛੇ ਕਿਹਾ ਹੋਏ। ਮੇਰੇ ਸੰਬੰਧ ਅਗਰ ਕਾਂਗਰਸ ਵਿੱਚ ਕਿਸੇ ਦੇ ਸਨ ਤਾਂ ਮੇਰੇ ਸਨ ਅਮਰਿੰਦਰ ਸਿੰਘ ਨਾਲ, ਕੈਪਟਨ ਅਮਰਿੰਦਰ ਸਿੰਘ ਇਸ ਵਕਤ ਅੱਛੇ ਸਨ ਕਿ ਜਦ ਉਹ ਅਕਾਲੀ ਦਲ ਵਿੱਚ 84 ਵਿੱਚ ਛੱਡ ਕੇ ਆਇਆ ਸੀ, ਤਾਂ ਉਸ ਵਕਤ ਇਹ ਵੀ ਅਕਾਲੀ ਮੈਂ ਵੀ ਅਕਾਲੀ, ਮੈਂ ਦੱਸੋ ਨਾ ਮੈਨੂੰ ਕਹਿੰਦੇ ਸੰਬੰਧ ਅੱਛੇ ਸਨ, ਮੈਂ ਕਿਹੜੀ ਚੀਜ਼ ਲਈ ਹੈ ਜੀ ਇਹਨਾਂ ਕੋਲੋਂ? ਸਰਨਾ ਸਾਹਿਬ ਇਹ ਵੀ ਕਿਹਾ ਜਾਂਦਾ ਹੈ, ਮਨਜੀਤ ਸਿੰਘ ਜੀ ਕੇ ਜੀ ਵੀ ਉਸ ਪ੍ਰੋਜੈਕਟ ਦੇ ਵਿੱਚ ਸ਼ਾਮਿਲ ਸ੨ਗੇ। 2200 ਗਜ ਦਾ ਪਲਾਟ, ਜਿਹੜਾ 2200 ਗਜ ਦਾ ਪਲਾਟ ਮੈਨੂੰ ਅੱਜ ਤੱਕ ਯਾਦ ਹੈ, 2200 ਗਜ ਦਾ ਪਲਾਟ ਜਿਹੜਾ ਤੁਹਾਡੇ ਘਰ ਦੇ ਬਿਲਕੁਲ ਸਾਹਮਣੇ ਹੈ, ਉੱਥੇ ਸਿੱਖ ਮੈਮੋਰੀਅਲ ਦੇ ਲਈ ਜਗ੍ਹਾ ਵੀ ਬਕਾਇਦਾ MCD ਵੱਲੋਂ ਤੁਹਾਨੂੰ ਗ੍ਰਾਂਟ ਹੋਈ ਸੀਗੀ, ਕਾਰਡ ਵੀ ਛਪ ਗਏ ਸੀਗੇ, ਅਰੁਣ ਜੇਟਲੀ ਹੋਰਾਂ ਨੇ ਵੀ ਆਉਣਾ ਸੀਗਾ, ਅਤੇ ਕੀ ਕਾਰਨ ਹੋ ਗਏ ਕਿ ਉੱਥੇ ਜਿਹੜਾ ਹੈਗਾ ਸਿੱਖ ਮੈਮੋਰੀਅਲ ਨਹੀਂ ਬਣਾਇਆ ਗਿਆ ਪਾਰਕ? ਪਹਿਲੀ ਵਾਰ MCD ਵੱਲੋਂ ਜਿਹਦੇ ਵਿੱਚ BJP ਦੀ ਸਰਕਾਰ ਸੀਗੀ ਤੁਹਾਨੂੰ ਪਾਰਕ ਗ੍ਰਾਂਟ ਹੋਇਆ, ਔਰ ਉਸ ਤੋਂ ਬਾਅਦ ਕੀ ਕਹਿੰਦੇ ਆ ਉਹ ਪ੍ਰੋਜੈਕਟ ਹੀ ਵਿੱਚ ਰਹਿ ਗਿਆ। ਤੁਹਾਡੇ ਘਰ ਦੇ ਸਾਹਮਣੇ ਜਿਹੜਾ 2200 ਗਜ ਦਾ ਪਲਾਟ ਤੁਹਾਨੂੰ ਮਿਲਿਆ ਸੀਗਾ ਸਿੱਖ ਮੈਮੋਰੀਅਲ ਉੱਥੇ ਉਸਾਰਨ ਦੇ ਲਈ, 1984 ਸਿੱਖ ਜੈਨੋਸਾਈਡ ਨੂੰ ਉਹਦੀ ਯਾਦ ਦੇ ਵਿੱਚ ਤੁਹਾਨੂੰ ਗ੍ਰਾਂਟ ਕੀਤਾ ਗਿਆ ਸੀਗਾ ਬਕਾਇਦਾ, ਔਰ ਮਨਜੀਤ ਸਿੰਘ GK ਵੀ ਇਸ ਗੱਲ ਦੇ ਵਿਟਨੈਸ ਨੇ, ਉਹ ਨਾਲ ਹੀ ਤੁਹਾਡੇ ਨੇ। ਅਤੇ ਫਿਰ ਕਿਹਾ ਜਾਂਦਾ ਕਿ ਬਿਕੋਜ਼ ਆਫ ਕਾਂਗਰਸ ਤੁਹਾਡੀ ਕਾਂਗਰਸ ਦੇ ਨਾਲ ਸੌਫਟ ਕਾਰਨਰ ਸੀਗਾ, ਇਸ ਕਰਕੇ ਤੁਸੀਂ ਉਹਦੀ ਉਹ ਸਾਰੀ ਨਹੀਂ ਹੋਣ ਦਿੱਤੀ? ਦੇਖੋ ਗੱਲ ਹੈਗੀ, ਇਲਜ਼ਾਮ ਮੇਰੇ ਤੋਂ ਨਾ ਬਾਦਲ ਤੋਂ ਲੈ ਕੇ ਹੇਠਾਂ ਤੱਕ ਸਾਰਿਆਂ ਨੇ ਲਾਏ ਨੇ। ਹਾਂਜੀ, ਪਰ ਕਿਸੇ ਨੇ, ਹੁਣ ਲਫ਼ਜ਼ ਮੈਂ ਥੋੜ੍ਹਾ ਵਰਤਾਂਗਾ ਸਖ਼ਤ, ਜਿਸ ਨੇ ਮਾਂ ਦਾ ਦੁੱਧ ਪੀਤਾ ਮੇਰੇ ਤੇ ਇੱਕ ਪੈਸੇ ਦਾ ਇਲਜ਼ਾਮ ਸਾਬਤ ਕਰਕੇ ਦੱਸ ਦਿੰਦਾ, ਇਹ ਵੀ ਝੂਠ ਹੈ। ਮੈਂ ਤੁਹਾਡੇ ਕੋਲ ਪਹਿਲੇ ਪੁੱਛਣਾ, ਸਾਡੇ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਆਪਣੀ ਹੀ ਕੰਪਨੀ ਦੇ ਪੰਜਾਬ, ਆਪਣੀ ਹੀ ਕੰਪਨੀ ਦੇ ਪੰਜਾਬ ਸਟੀਲਸ ਦੇ ਬਰਤਨ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਨੂੰ ਤੁਸੀਂ ਬਕਾਇਦਾ ਦਿੱਤੇ, ਔਰ ਉਹਦਾ ਬਿੱਲ ਵੀ ਬਕਾਇਦਾ ਮੌਜੂਦ ਹੈਗਾ, ਔਰ ਤੁਸੀਂ ਉਹਦੀ ਗਲਤੀ ਵੀ ਮੰਨੀ ਸੀਗੀ। ਕਿਹਦੀ? ਤੁਹਾਡੇ ਹੀ ਪੰਜਾਬ ਸਟੀਲਸ ਤੋਂ ਬਕਾਇਦਾ ਜਿਹੜੇ ਬਰਤਨ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਭਾਂਡੇ ਜਿਹੜੇ ਨੇ ਉਹ ਦਿੱਤੇ ਗਏ ਸੀਗੇ, ਔਰ ਤੁਸੀਂ ਕਿਹਾ ਸੀਗਾ ਜੀ ਹਾਂ ਮੈਂ ਦਿੱਤੇ ਨੇ, ਔਰ ਤੁਸੀਂ ਉਹਦਾ ਬਿੱਲ ਜਿਹੜਾ ਹੈਗਾ ਬਕਾਇਦਾ ਤੁਸੀਂ ਪੇਸ਼ ਕੀਤਾ। ਕਿਹਨੂੰ ਬਰਤਨ ਦਿੱਤੇ ਨੇ? ਮੈਂ ਗੁਰਦੁਆਰਾ ਸਾਹਿਬ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ। ਇੱਕ ਮੇਰੀ ਗੱਲ ਸੁਣ ਲਓ ਜੀ, ਜੀ ਤੇ ਤੁਹਾਨੂੰ ਦੱਸ ਦਿਆਂ ਜੀ, ਮੇਰੀ ਦੁਕਾਨ ਦੇ ਬਰਤਨ, ਉਸ ਵਕਤ ਮੇਰੀ ਦੁਕਾਨ ਸੀ ਜਥੇਦਾਰ ਸੰਤੋਖ ਸਿੰਘ ਨਾਲ ਸਾਡੀ 50-50 ਸੀ, ਪਰ ਉਸ ਨੇ ਕਿਹਾ ਸੀ ਜਾ ਕੇ ਬਰਤਨ
सरने की दुकान तो चुप करके ला लो, यह सन 1978 की गल जाए आने उस सर्वे सर्वा सन कोई प्रधान या सकत्र नहीं सन पर चलती उन्होंने सी उस तो पहले तो चलते पे। दूसरी गल एक गल और मैं दस दया, मैं एक रुपए का माल हिंदुस्तान च नहीं बेचता, एक रुपए का मेरे तो पूछे बगैर यह समान मेरी फैक्ट्री तो ले आए भी चलो जी लैना उतो लै लो। मैं देखा बिल 7 रुपए की मैं कड़छी लाई हुई है, जेडे मेरे बंद ने कड़छी जी 7 रुपए की लाई है, इन्होंने को जी भी वो माल मैं वापस कर दें ते मेरे को डबल पैसे ले लैन। चलो जवाब लो पूरा उनको मैं माल दिता ना, मैं खाली बिल तेना दिता, खाली बिल दिता माल नहीं दिता जी, टेंटा दे 1.5 करोड़ रुपए का बिल दिता गया माल ही नहीं दिता गया, फार्मी नहीं हैगी उनको तेरे वर्गे 500 और जम लाने ना मेरे नाल काम साबती कर सकते हैं, मैं अपने दुकान से भांडे बेचे। तीसरी गल और सुन लो, मैं जब भी माल खरीदया मैं उन्हों को खरीदया जिन्होंने मैं पता है जिन्हें रियायत देनी है और सस्ता देना है, गुरु घर में इन्होंने मुनाफा जो लेना है तो नाम मात्र लेना है। प्रभा सिंह जसवंत सिंह की फर्म है खारी बावली, मेरे मामे दे सोहरे ठीक है, मैं सर साहब तुसी इस गल नु उनको सारा माल को दा आना सी जेड़ा आना सी इनका जी अच्छा परे सरदार पालदा पया ते सर साहब की कारण रहा कि तुहानू दो वारी जेड़ी हैगी ओ हार दा सामना करना पया, जेकर तुसी वाकई सच्चे सीगे ते दिल्ली दे संगत ने तुहानू क्यों नहीं जिताया जी? हां सुन लो जी, हुण बैठो ने सार मनजीत सिंह जी, इनहां दी पूरी प्लानिंग होई सी जी भई हस्पताल दे मामले दे विच ਭਾਵੇਂ ਜਥੇਦਾਰਾਂ ਨੂੰ ਵਾੜਨਾ ਪਵੇ ਭਾਵੇਂ ਕਾਹ ਤੱਕ ਨੂੰ ਵਾੜਨਾ ਪਵੇ ਜੀ, ਸਰਨਾ ਦੇ ਇਲਜ਼ਾਮ ਲਗਾਓ ਸਵਾਲ ਵੇਚ ਗਿਆ ਜੀ, ਬੰਗਲਾ ਸਾਹਿਬ ਦੀ ਪਾਰਕਿੰਗ ਵੇਚ ਗਿਆ ਜੀ, ਗਜ਼ਬ ਖੁਦਾ ਦਾ ਦੇਖੋ ਇਲਜ਼ਾਮ ਕੀ ਲਾਈਨ ਹੈ ਜੀ, ਹੋਰ ਕੋਈ ਇਲਜ਼ਾਮ ਨਹੀਂ ਲੱਗੇ ਜੀ, ਹਸਪਤਾਲ ਵੇਚ ਗਿਆ ਪਾਰਕਿੰਗ ਵੇਚ ਗਿਆ। ਮਨਜੀਤ ਸਿੰਘ ਜੀਕੇ ਜੀ ਮੈਂ ਜ਼ਰੂਰ ਜਾਣਨਾ ਚਾਹਾਂਗਾ, ਠੀਕ ਹੈ ਤੁਸੀਂ ਅੱਜ ਪਾਰਟੀ ਤੋਂ ਵੱਖ ਹੋ ਕਿ ਤੁਹਾਡੇ ਉੱਤੇ ਵੀ ਪ੍ਰੈਸ਼ਰ ਹੁੰਦਾ ਸੀਗਾ ਬਾਦਲਾਂ ਦਾ, ਜਿਸ ਕਰਕੇ ਤੁਸੀਂ ਵੀ ਆਪਣੇ ਡਿਸੀਜਨਸ ਨਹੀਂ ਲੈ ਪਾਉਂਦੇ ਸੀਗੇ ਔਰ ਕਈ ਸਾਰੇ ਡਿਸੀਜਨਸ ਜਿਹੜੇ ਨੇ ਉਹ ਕੌਮ ਦੇ ਹਿੱਤ ਦੇ ਵਿੱਚ ਨਹੀਂ ਗਏ। ਮੇਰਾ ਇੱਕ ਡਿਸੀਜਨ ਦਾ ਜੇ ਮਨਜੀਤ ਸਿੰਘ ਜੀ ਕੇ ਜੀ ਸਰਨਾ ਸਾਹਿਬ ਮੈਂ ਆਵਾਂਗਾ ਸਰਨਾ ਸਾਹਿਬ ਆਵਾਂਗਾ। ਮਨਜੀਤ ਸਿੰਘ ਜੀ ਕੇ ਜੀ ਸਭ ਤੋਂ ਵੱਡਾ ਡਿਸੀਜਨ ਮੈਂ ਆਪਣੇ ਇੱਕ ਗੱਲ ਸੁਣ ਲਾ, ਸਭ ਤੋਂ ਵੱਡਾ ਡਿਸੀਜਨ ਮੈਂ ਆਪਣੇ ਟੈਨੋਰ ਦੇ ਵਿੱਚ ਲਿਆ ਜੀ, ਉਹ ਹੈਗਾ ਜਿਹੜੇ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਦੇਖ ਰੇਖ ਕਰਨਾ ਜੀ, ਕਿਸੇ ਦੀ ਹਿੰਮਤ ਨਹੀਂ ਪਾਕਿਸਤਾਨ ਜਾ ਕੇ ਉਹਦਾ ਨਾ ਕੇ ਉਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਾਵੇ। ਇੱਥੇ ਤੇ ਪੈਸਾ ਹੀ ਕੋਈ ਨੀ, ਬੇਸੂਲੇ ਕਾਂਗਰਸ ਨਾਲ ਰਲੇ ਹੋਏ ਜੀ, ਕੀ ਕਾਂਗਰਸ ਕੋਲ ਲਿਆ ਜੀ ਮੈਂ, ਮੈਨੂੰ ਸਰਕਾਰ ਦੀ ਰਹਿਮਤ ਤੇ ਬਖਸ਼ਿਸ਼ ਹੈ, ਮੈਨੂੰ ਆਪਣੇ ਕੰਮ ਵਾਸਤੇ ਕਿਸੇ ਸਰਕਾਰ ਕੋਲ ਕੋਈ ਲੋੜ ਨਹੀਂ ਹੈ। ਮਨਜੀਤ ਸਿੰਘ ਜੀ ਕੇ ਜੀ ਚੋਰੀ ਕਰਦਾ ਠੀਕ ਹੈ ਸਰਨਾ ਸਾਹਿਬ, ਡੈਫੀਨੇਟਲੀ ਆਈ ਵਿਲ ਕਮ ਟੂ ਯੂ ਸਰਨਾ ਸਾਹਿਬ, ਆਈ ਵਿਲ ਕਮ ਟੂ ਯੂ। ਸਰਕਾਰਾਂ ਕੋਲ ਉਹ ਡਰਨ, ਇੱਕ ਮਿੰਟ, ਸਰਕਾਰਾਂ ਕੋਲ ਉਹ ਡਰਨ ਜਿਨ੍ਹਾਂ ਨੇ ਇਹ ਜੇ ਕੰਮ ਕਰਨਾ ਹੈ ਠੀਕ ਹੈ, ਮੈਂ ਨਹੀਂ ਕਰਦਾ ਠੀਕ ਹੈ। ਮਨਜੀਤ ਸਿੰਘ ਮਨਜੀਤ ਸਿੰਘ ਜੀ ਕੇ ਜੀ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਤੁਹਾਡੇ ਕਾਰਜਕਾਲ ਦੌਰਾਨ ਮੈਂ ਘੱਟੋ ਘੱਟ 20 ਲੱਖ ਰੁਪਏ ਦਾ ਸਮਾਨ ਸਰਨਾ ਜੀ ਸਰਨਾ ਜੀ ਕੋਈ ਗੱਲ ਨਹੀਂ, ਤੁਸੀਂ ਸਪਸ਼ਟੀਕਰਨ ਦਿੱਤਾ ਦੈਟਸ ਓਕੇ, ਤੁਸੀਂ ਸਪਸ਼ਟੀਕਰਨ ਦਿੱਤਾ ਦੈਟਸ ਓਕੇ। ਮਨਜੀਤ ਨਹੀਂ ਹੈ ਉਹਨਾਂ ਕੋਲ ਦਾਨ ਲਾਓ ਕੋਈ, ਮਨਜੀਤ ਸਿੰਘ ਜੀ ਕੇ ਜੀ ਮਨਜੀਤ ਸਿੰਘ ਜੀ ਕੇ ਜੀ ਮੈਂ ਬਿੱਲ ਦਿੱਤਾ, ਮੇਰੀ ਫੈਕਟਰੀ ਦਾ ਬਿੱਲ ਹੈ ਉਧਰ, ਮੈਂ ਦੇਖਿਆ 7 ਰੁਪਏ ਦੀ ਕੜਛੀ ਹੈ। ਚਲੋ ਕੋ ਤੁਸੀਂ ਪੁੱਛ ਲਓ ਮਨਜੀਤ ਸਿੰਘ ਜੀ ਕੇ ਜੀ ਸਰਾਂ ਖੋਲੀ ਸੀ ਅਮਰਤ ਸਾਹਿਬ, ਸਰਨਾ ਸਾਹਿਬ ਉਹਨਾਂ ਨੂੰ ਵੀ ਟਾਈਮ ਦਿਓ ਪਲੀਜ਼, ਸਰਨਾ ਸਾਹਿਬ ਉਹਨਾਂ ਨੂੰ ਵੀ ਟਾਈਮ ਦਿਓ, ਤੁਸੀਂ ਦੋਵਾਂ ਨੇ ਮੈਂ ਇੱਕ ਮਿੰਟ ਦੇਖੋ, ਅੱਜ ਆਪਣਾ ਹਰਕੀਰਤ ਜੀ ਆਪਣੀ ਜਿਹੜੀ ਡਿਸਕਸ਼ਨ ਸੀ ਨਾ ਜੀ, ਉਹ ਡਿਸਕਸ਼ਨ ਤੁਸੀਂ ਰੱਖੀ ਸੀਗੀ
ਕਿ ਆਪਾਂ ਸੁਮੇਰ ਸੈਣੀ ਤੇ ਰਵਾਂਗੇ ਔਰ ਅਸੀਂ ਮੈਂ ਉਸੇ ਗੱਲ ਤੇ ਆ ਰਿਹਾ ਮੈਂ ਉਸੇ ਗੱਲ ਤੇ ਆ ਰਿਹਾ ਪਰ ਮੈਂ ਨਹੀਂ ਮੇਰੀ ਇੱਕ ਮਿੰਟ ਸੁਣ ਲਓ ਤੁਸੀਂ ਗੱਲ ਤੁਸੀਂ ਅੱਜ ਡਿਸਕਸ਼ਨ ਆਪਾਂ ਕਰਛੀਆਂ ਚਮਚਿਆਂ ਤੇ ਲੈ ਮੈਂ ਕਰਛੀ ਚਮਚਾ ਮੈਂ ਤੇ ਇਲਜ਼ਾਮ ਦੀ ਗੱਲ ਕਰ ਰਿਹਾ ਮੇਰੀ ਗੱਲ ਸੁਣੋ ਪਹਿਲੇ ਮੇਰੀ ਗੱਲ ਸੁਣੋ ਤੁਸੀਂ ਐਜੂਕੇਸ਼ਨ ਦੀ ਗੱਲ ਕਰਦੇ ਹੋ ਇਹ ਸਵਾਲ ਪੁੱਛੋ ਸਰਸਾ ਸਾਹਿਬ ਔਰ ਹਰਮੀਤ ਸਿੰਘ ਕਾਲਕਾ ਨੂੰ ਕਿ 2500 ਬੱਚੇ 2 ਸਾਲਾਂ ਚ ਕਿੱਦਾਂ ਘਟ ਗਏ ਤੁਸੀਂ ਤਨਖਾਹਾਂ ਕਿੱਥੋਂ ਦੇ ਦਿਓਗੇ ਤੁਹਾਡੇ ਕੋਲ ਫੀਸਾਂ ਆਣ ਗਿਆ ਕਿੱਥੋਂ ਜਿਹੜੇ ਬੱਚੇ ਵਧਣੇ ਚਾਹੀਦੇ ਸੀਗੇ ਉਹ ਬੱਚੇ ਕਿਉਂ ਨਹੀਂ ਵਧੇ ਤੁਸੀਂ ਮੇਨ ਮੁੱਦਿਆਂ ਤੋਂ ਹਟਾ ਕੇ ਜਿਹੜੇ ਬੰਦਿਆਂ ਨੇ ਇਲੈਕਸ਼ਨਾਂ ਗੁਰਦੁਆਰੇ ਕਮੇਟੀ ਚੋਂ ਲੜੀਆਂ ਹੋਣ ਜਿਹਨਾਂ ਦੇ ਮੈਂਬਰ ਬਠਿੰਡੇ ਕੌਂਸਟੀਚੁਐਂਸੀ ਚ ਪੈਸੇ ਵੰਡਦੇ ਹੋਏ ਫੜੇ ਜਾਣ ਗੋਲਕਾ ਚੋਂ ਸਿੱਧੇ ਪੈਸੇ ਚੁੱਕ ਕੇ ਲੈ ਜਾਣ ਜਾਂ ਤੇ ਡਿਸਕਸ਼ਨ ਇਸ ਤੇ ਕਰ ਲਓ ਜਾਂ ਗੁਰੂ ਗ੍ਰੰਥ ਸਾਹਿਬ ਤੇ ਕਰ ਲਈਏ ਜਾਂ ਅਸੀਂ ਕਰ ਲਈਏ ਮਨਜੀਤ ਸਿੰਘ ਜੀਕੇ ਜੀ ਮੈਂ ਇੱਕ ਸਵਾਲ ਜ਼ਰੂਰ ਲੈਣਾ ਚਾਹਾਂਗਾ ਤੁਹਾਡੇ ਤੋਂ ਤੁਸੀਂ ਅੱਜ ਦੋਵੇਂ ਭਾਈਵਾਲ ਬਣਾ ਕੇ ਚੋਣਾਂ ਲੜੋਗੇ ਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਬਕਾਇਦਾ ਕੋਰਟ ਦੇ ਵਿੱਚ ਡੇਟ ਵੀ ਹੈਗੀ ਹੈ ਔਰ ਬਕਾਇਦਾ ਉਹਨਾਂ ਨੇ ਸਟੇਅ ਵੀ ਲਿੱਤਾ ਕਿ ਅਸੀਂ ਸਟੇਅ ਉਹਨਾਂ ਨੇ ਮੰਗ ਕੀਤੀ ਕਿ ਅਸੀਂ ਸਟੇਅ ਲੈ ਰਹੇ ਹਾਂ ਸੋ ਹੁਣ ਅੱਜ ਦੀ ਬਕਾਇਦਾ ਤੁਸੀਂ ਕਿਹਾ ਕਿ ਡੇਟ ਤਰੀਕ ਵੀ ਹੈਗੀ ਹੈ ਪਰ ਮੈਂ ਇੱਥੇ ਜ਼ਰੂਰ ਜਾਣਾ ਚਾਹਾਂਗਾ ਕਿ ਤੁਹਾਡੇ ਕਾਰਜਕਾਲ ਦੌਰਾਨ ਤੁਹਾਨੂੰ ਕੀ ਮਜਬੂਰੀਆਂ ਹੋਈਆਂ ਕਿ ਤੁਹਾਨੂੰ ਪਾਰਟੀ ਛੱਡਣੀ ਪਈ ਉਹ ਕਹਿੰਦੇ ਸੀ ਪਾਰਟੀ ਤੋਂ ਤੁਹਾਨੂੰ ਕੱਢਤਾ ਸੁਖਬੀਰ ਬਾਦਲ ਹੋਰਾਂ ਦਾ ਬਿਆਨ ਆਇਆ ਕਿ ਅਸੀਂ ਮਨਜੀਤ ਸਿੰਘ ਜੀਕਰ ਉਹਨੂੰ ਕੱਢਤਾ ਕੀ ਮਜਬੂਰੀਆਂ ਬਣੀਆਂ ਸੀਗੇ ਕਿ ਤੁਹਾਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ ਜਾਂ ਫਿਰ ਤੁਸੀਂ ਪਾਰਟੀ ਛੱਡੀ ਇਹ ਮਜਬੂਰੀ ਇਹ ਸੀ ਕਿ ਜਿਵੇਂ ਸਰਸੇ ਨੇ ਫੋਨ ਕੀਤਾ ਸੀ ਨਾ ਗਿਆਨੀ ਗੁਰਮੁਖ ਸਿੰਘ ਹੋਰਾਂ ਦੀ ਟੇਪ ਹੈ ਕਿ ਸਵੇਰੇ ਡੇਰਾ ਮਾਫੀ ਤੇ ਸਾਈਨ ਕਰ ਤੇ ਨਹੀਂ ਕੀਤੇ ਤੇ ਫੇਰ ਦੇਖ ਲਈ ਤੇ ਮਨਜੀਤ ਸਿੰਘ ਜੀਕੇ ਨੇ ਡਿਊਰਿੰਗ ਇਲੈਕਸ਼ਨ ਜਦੋਂ 4 ਫਰਵਰੀ 2017 ਨੂੰ ਵੋਟਾਂ ਪੈਣੀਆਂ ਸੀ ਮੈਂ ਉਸ ਤੋਂ 5 ਦਿਨ ਪਹਿਲੇ 31 ਤਰੀਕ ਜਨਵਰੀ 2017 ਨੂੰ ਬਠਿੰਡੇ ਪ੍ਰੈਸ ਕਾਨਫਰੰਸ ਕੀਤੀ ਕਿ ਡੇਰੇ ਦੀ ਸਾਨੂੰ ਵੋਟਾਂ ਨਹੀਂ ਚਾਹੀਦੀਆਂ ਜਿਹੜੇ MLA ਡੇਰੇ ਤੇ ਵੋਟਾਂ ਮੰਗਣ ਗਏ ਨੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਾ ਪਏਗਾ ਮੈਂ ਸਮਝਦਾ ਵਾਂ ਕਿ ਜੋ ਕੰਮ ਇਹ ਮੇਰੇ ਤੋਂ ਕਰਾਉਣਾ ਚਾਹੁੰਦੇ ਸੀ ਜੇ SGPC ਨੇ 90 ਲੱਖ ਰੁਪਏ ਦਾ ਇਸ਼ਤਿਹਾਰ ਦਿੱਤਾ ਟ੍ਰਿਬਿਊਨ ਅਖਬਾਰ ਦੇ ਵੀ ਦੱਸਣ ਲਈ ਕਿ ਡੇਰੇ ਨੂੰ ਮਾਫੀ ਕਿਉਂ ਦਿੱਤੀ ਗਈ ਮੇਰੇ ਤੇ ਪ੍ਰੈਸ਼ਰ ਪਾਇਆ ਸਰਸੇ ਨੇ ਤੇ ਸੁਖਬੀਰ ਬਾਦਲ ਨੇ ਕਿ ਦਿੱਲੀ ਕਮੇਟੀ ਵੱਲੋਂ ਅਖਬਾਰਾਂ ਦੇ ਇਸ਼ਤਿਹਾਰ ਦਿਓ ਮੈਂ ਇਸ਼ਤਿਹਾਰ ਦੇਣ ਤੋਂ ਮੜੇ ਕਰ ਦਿੱਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੇ ਬੋਲਿਆ ਵਾਂ ਮੈਂ ਸਮਝਦਾ ਉਹਨਾਂ ਨੂੰ ਇਹੋ ਜਿਹੇ ਪ੍ਰਧਾਨ ਨਹੀਂ ਚਾਹੀਦੇ ਸੀਗੇ ਉਹਨਾਂ ਨੇ ਮੇਰੇ ਉੱਤੇ ਜਿਹੜੇ ਇਲਜ਼ਾਮ ਲਾਏ ਅਸਤੀਫਾ ਮੈਂ ਦਿੱਤਾ ਜਨਰਲ ਹਾਊਸ ਦੇ ਵਿੱਚ ਆਪਣਾ ਅਸਤੀਫਾ ਪਾਸ ਕਰਾਇਆ ਐਗਜ਼ੈਕਟਿਵ ਵਿੱਚ ਪਾਸ ਕਰਾਇਆ ਇਹ ਮੈਨੂੰ ਕੀ ਕੱਢਣਗੇ ਇਹਨਾਂ ਨੂੰ ਤੇ ਲੋਕਾਂ ਨੇ ਕੱਢ ਦਿੱਤਾ ਇਹਨਾਂ ਨੂੰ ਤੇ ਲੋਕਾਂ ਨੇ ਤੁਸੀਂ ਇਹ ਦੇਖੋ ਕਿ 13 ਸੀਟਾਂ ਤੇ ਇਲੈਕਸ਼ਨ ਹੋਈ ਪੰਜਾਬ ਦੇ ਵਿੱਚ MP ਦੀਆਂ 3 BJP ਦੀ ਮਿਲਦੀਆਂ ਨੇ 10 ਅਕਾਲੀ ਦਲ ਨੂੰ ਮਿਲਦੀਆਂ ਨੇ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੁਣ ਤੁਸੀਂ ਮੈਨੂੰ ਜਵਾਬ ਦਿਓ ਇਹ ਜਨਵਰੀ ਚ ਇਲੈਕਸ਼ਨ ਹੋਈ ਸੀ ਦਿੱਲੀ ਦੀ ਮੁੱਖ ਮੰਤਰੀ ਬਣਦਾ ਦੁਬਾਰਾ ਕੇਜਰੀਵਾਲ 4 ਸੀਟਾਂ 25 ਸਾਲ ਤੋਂ ਮਿਲਦੀਆਂ ਪਈਆਂ ਨੇ ਅਕਾਲੀ ਦਲ ਨੂੰ ਇਸ ਵਾਰੀ ਕਿਉਂ ਨਹੀਂ ਦਿੱਤੀਆਂ BJP ਨੇ ਪਾਰਲੀਮੈਂਟ ਦੇ ਵਿੱਚ ਤੁਸੀਂ CA ਦੇ ਹੱਕ ਚ ਬਿਆਨ ਦੇ ਰਹੇ ਹੋ ਅੱਜ ਕਿਸਾਨਾਂ ਦੇ ਉੱਤੇ ਜਿਹੜਾ ਬਿੱਲ ਆ ਰਿਹਾ ਜਿਹੜੀ ਕੈਬਨਿਟ ਮੀਟਿੰਗ ਦੇ ਵਿੱਚ ਬੀਬਾ ਉਸ ਤੇ ਦਸਤਖਤ ਕਰਕੇ ਆਉਂਦੀ ਹੈ ਜਿਹੜੇ ਸਵਾਲ ਪੁੱਛੇ ਜਾਂਦੇ ਹਨ ਇਹ ਸਾਡੇ ਸਵਾਲ ਨਹੀਂ ਬਕਾਇਦਾ ਸੰਗਤਾਂ ਦੇ ਸਵਾਲ ਹਨ ਔਰ ਜੇ ਤੁਸੀਂ ਇਸ ਮੰਚ ਦੇ ਉੱਤੇ ਆਉਂਦੇ ਹੋ ਉਹਦੇ ਤੁਸੀਂ ਸਵਾਲਾਂ ਦੇ ਜਵਾਬ ਵੀ ਦਿੰਦੇ ਹੋ ਜਸ ਪੰਜਾਬੀ ਹਮੇਸ਼ਾ ਲੰਬੇ ਸਮੇਂ ਤੋਂ ਇੱਕ ਹੀ ਗੱਲ ਕਰਦਾ ਹੋਇਆ ਆਉਂਦਾ ਔਰ ਇਹ ਗੱਲ ਕਰ ਵੀ ਰਿਹਾ ਕਿ ਹੋਵੋ ਕੱਤਰ ਮਿਲੋ ਮੇਰੇ ਭਾਈ ਦੁਵਿਧਾ ਦੂਰ ਕਰੋ ਲਿਵਲਾਈ ਹਰਨਾਮੇ ਕੇ ਹੋਵੇ ਜੋੜੀ ਗੁਰਮੁਖ ਬੈਠੋ ਸਫਾ ਵਿਛਾਈ ਇਸ ਗੱਲ ਨੂੰ ਵੀ ਅਸੀਂ ਮੰਨਦੇ ਹਾਂ ਔਰ ਅੱਜ ਉਸੇ ਫਲਸਫੇ ਨੂੰ ਤੁਸੀਂ ਵੀ ਅੱਗੇ ਲੈ ਕੇ ਜਾ ਰਹੇ ਹੋ ਇਸ ਮੁੱਦੇ ਨੂੰ ਉਸੇ ਤਰੀਕੇ ਨਾਲ ਜਾਰੀ ਰੱਖਾਂਗੇ ਫਿਲਹਾਲ ਰੁਕਣੇ ਇੱਕ ਬ੍ਰੇਕ ਲਈ ਬ੍ਰੇਕ ਦੇ ਬਾਅਦ ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ ਮੇਰੇ ਨਾਲ ਪਰਮਜੀਤ ਸਿੰਘ ਸਰਨਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰੈਜ਼ੀਡੈਂਟ ਉਹ ਮੌਜੂਦ ਹਨ ਅਤੇ ਨਾਲ ਹੀ ਮਨਜੀਤ ਸਿੰਘ ਜੀ ਕੇ ਜਾਗੋ ਪਾਰਟੀ ਦੇ ਪ੍ਰੈਜ਼ੀਡੈਂਟ ਅਤੇ ਨਾਲ ਹੀ ਸਾਬਕਾ ਪ੍ਰਧਾਨ ਦੋਵੇਂ ਰਹਿ ਚੁੱਕੇ ਹਨ ਮਨਜੀਤ ਸਿੰਘ ਜੀ ਕੇ ਜੀ 46 ਸੀਟਾਂ ਦੇ ਉੱਤੇ ਦਿੱਲੀ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀਆਂ ਹਨ ਅਤੇ ਤੁਸੀਂ ਦੋਵਾਂ ਨੇ ਹੁਣ ਕੀ ਰੋਡ ਮੈਪ ਤਿਆਰ ਕੀਤਾ ਹੈ ਔਰ ਕੀ ਤੁਹਾਡੀ ਜਿਹੜੀ ਹੈਗੀ ਹੈ ਮਿਸ਼ਨ ਸਟੇਟਮੈਂਟ ਹੈਗੀ ਹੈ ਔਰ ਕਿਹਨਾਂ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣਾਂ ਦੇ ਵਿੱਚ ਜਾਓਗੇ ਸੰਗਤ ਦੇ ਸਾਹਮਣੇ
ਜਿੱਥੋਂ ਤੱਕ ਤੁਸੀਂ ਰੋਡ ਮੈਪ ਦੀ ਗੱਲ ਕੀਤੀ ਹੈ, ਹਲੇ ਤੱਕ ਸਾਡਾ ਕੋਈ ਆਪਸ 'ਚ ਰੋਡ ਮੈਪ ਇਹੋ ਜਿਹਾ ਤੈਅ ਨਹੀਂ ਹੈ, ਲੇਕਿਨ ਇੱਕ ਲਾਰਜਰ ਸਾਡੀ ਗੱਲ ਜਿਹੜੀ ਹੈ, ਕਿਉਂਕਿ ਸਾਨੂੰ ਬੜੇ ਜਥੇਬੰਦੀਆਂ ਦਾ ਪ੍ਰੈਸ਼ਰ ਹੈ ਕਿ ਅਗਰ ਬਾਦਲਾਂ ਨੂੰ ਇੱਥੋਂ ਭਜਾਉਣਾ, ਕਿਉਂਕਿ ਦਿੱਲੀ ਦੀ ਇਲੈਕਸ਼ਨ ਅਹਿਮ ਹੋਏਗੀ, ਦਿੱਲੀ ਦੀ ਇਲੈਕਸ਼ਨ ਸਾਡੀ ਫਰਵਰੀ 'ਚ ਡਿਊ ਹੈ। ਅੱਜ ਕੋਰਟ 'ਚ ਕੇਸ ਹੈ, ਮੈਨੂੰ ਖਬਰ ਮਿਲੀ ਹੈ ਕਿ ਅੱਜ ਜੱਜ ਛੁੱਟੀ 'ਤੇ ਆ, ਅੱਜ ਫਿਰ ਡੇਟ ਪੈ ਜਾਏਗੀ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਮਨਜਿੰਦਰ ਸਿੰਘ ਸਰਸਾ ਤੈਨੂੰ ਕੋਰਟ ਕਚਹਿਰੀ ਬਹੁਤ ਆਉਂਦੀ ਹੈ, ਕਿਸੇ ਤਰੀਕੇ 2022 ਤੋਂ ਪਹਿਲੇ ਇਲੈਕਸ਼ਨ ਨਾ ਹੋਣ ਲੈਂਦੇ। ਮੈਂ ਸਮਝਦਾ ਕਿ ਇਲੈਕਸ਼ਨ ਹੋਣੀ ਬੜੀ ਲਾਜ਼ਮੀ ਹੈ, ਔਰ ਦਿੱਲੀ ਦੀ ਇਲੈਕਸ਼ਨ ਦਾ ਰਿਜ਼ਲਟ ਨੇ SGPC ਦੀ ਇਲੈਕਸ਼ਨ ਔਰ ਪੰਜਾਬ ਵਿਧਾਨ ਸਭਾ ਇਲੈਕਸ਼ਨ 'ਤੇ ਅਸਰ ਪਾਉਣਾ। ਇਸੇ ਕਰਕੇ ਅਕਾਲੀ ਦਲ ਚਾਹੁੰਦਾ ਕਿ ਕਿਸੇ ਤਰੀਕੇ ਦਿੱਲੀ ਦੀ ਇਲੈਕਸ਼ਨ ਰੋਕੀ ਜਾਵੇ। ਸਾਡਾ ਬਰੋਡ ਜਿਹੜਾ ਐਗਰੀਮੈਂਟ ਹੈ ਕਿ ਅਸੀਂ ਇਹ ਜਿਹੜੇ ਪੰਥ ਦੋਖੀ ਨੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਦਬੀ ਦੇ ਜ਼ਿੰਮੇਵਾਰ ਨੇ, ਇਹਨਾਂ ਨੂੰ ਕੱਢਣ ਵਾਸਤੇ ਸਾਨੂੰ ਕੋਈ ਕੰਪਰੋਮਾਈਜ਼ ਕਰਨਾ ਪਿਆ, ਅਸੀਂ ਉਹ ਕੰਪਰੋਮਾਈਜ਼ ਕਰਨ ਵਾਸਤੇ ਤਿਆਰ ਹਾਂ। ਇਹਦੀਆਂ ਮੋਡੈਲਿਟੀਜ਼ ਜਦੋਂ ਵਕਤ ਆਏਗਾ ਅਸੀਂ ਆਪਸ ਦੇ ਵਿੱਚ ਜ਼ਰੂਰ ਫਾਈਨਲ ਕਰਾਂਗੇ। ਔਰ ਸਾਡਾ ਇੱਕੋ ਇੱਕ ਕੰਮ ਹੈ ਕਿ ਇਲੈਕਸ਼ਨ ਟਾਈਮ ਸਿਰ ਹੋਣੀਆਂ ਚਾਹੀਦੀਆਂ, ਤਾਂ ਕਿ ਅਸੀਂ ਲੋਕਾਂ ਦੀ ਜੋ ਭਾਵਨਾ ਹੈ ਉਹ ਦੁਨੀਆਂ ਦੇ ਵਿੱਚ ਪਤਾ ਲੱਗ ਜਾਵੇ ਕਿ ਲੋਕੀ ਇਸ ਪਰਿਵਾਰ ਨੂੰ ਚਾਹੁੰਦੇ ਆ ਕਿ ਨਹੀਂ ਚਾਹੁੰਦੇ। ਇਹਨਾਂ ਨੂੰ ਤੇ BJP ਨੇ ਛੱਡ ਦਿੱਤਾ, 4 ਟਿਕਟਾਂ ਜਿਹੜੀਆਂ 25 ਸਾਲਾਂ ਤੋਂ MLA ਦੀਆਂ ਇਹਨਾਂ ਨੂੰ ਮਿਲਦੀਆਂ ਸੀ, ਇਸ ਵਾਰੀ ਉਹ ਵੀ ਨਹੀਂ ਦਿੱਤੀਆਂ। ਔਰ ਕਦੋਂ ਨਹੀਂ ਦਿੱਤੀਆਂ? ਜਦੋਂ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਹੈ ਦਿੱਲੀ ਕਮੇਟੀ ਦਾ ਔਰ ਸਿਟਿੰਗ MLA ਸੀਗਾ, ਹਰਮੀਤ ਸਿੰਘ ਕਾਲਕਾ ਜਨਰਲ ਸੈਕਟਰੀ ਹੈ ਗੁਰਦੁਆਰਾ ਕਮੇਟੀ ਦਾ, ਅਕਾਲੀ ਦਲ ਦਾ ਪ੍ਰਧਾਨ ਹੈ, ਦੀਪਾ ਹਰਸਿਮਰਤ ਕੈਬਨਿਟ ਦੇ ਵਿੱਚ ਵਜ਼ੀਰ ਹੈ, ਔਰ ਸੁਖਬੀਰ ਸਿੰਘ ਬਾਦਲ ਮੈਂਬਰ ਪਾਰਲੀਮੈਂਟ ਹੈ। 3 ਮੈਂਬਰ ਪਾਰਲੀਮੈਂਟਾਂ ਦੀ ਉਹਨਾਂ ਨੇ ਕਮੇਟੀ ਬਣਾਈ, ਚੰਦੂ ਬਾਜਰਾ, ਪ੍ਰੇਮ ਸਿੰਘ ਚੰਦੂ ਬਾਜਰਾ, ਬਲਵਿੰਦਰ ਸਿੰਘ ਭੁੰਦੜ, ਔਰ ਉਸ ਤੋਂ ਇਲਾਵਾ ਨਰੇਸ਼ ਗੁਜਰਾਲ ਜਿਹੜੇ IK ਗੁਜਰਾਲ ਦੇ ਬੇਟੇ ਨੇ ਫਾਰਮਰ ਪ੍ਰਾਈਮ ਮਿਨਿਸਟਰ ਦੇ। BJP ਨੇ ਮਿਲਣ ਦਾ ਟਾਈਮ ਨਹੀਂ ਦਿੱਤਾ, ਔਰ ਜਦੋਂ ਇਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ ਆਖਦੇ ਨੇ ਕਿ ਅਸੀਂ CAA ਕਾਨੂੰਨ ਦੇ ਉੱਤੇ ਅਸੀਂ ਪੋਲ ਦਾ ਬਾਈਕਾਟ ਕਰਦੇ, ਅਸੀਂ ਟਿਕਟਾਂ ਨਹੀਂ ਲੈਣੀਆਂ। ਮੈਂ ਸਮਝਦਾ ਵੋਟਾਂ ਤੁਸੀਂ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਹੱਕ 'ਚ ਪਾ ਰਹੇ ਹੋ। ਇਸੇ ਤਰੀਕੇ ਜੇ ਮੈਂ ਕੰਪੇਅਰ ਕਰਾਂ ਨਿਤੀਸ਼ ਕੁਮਾਰ ਨੂੰ, ਨਿਤੀਸ਼ ਕੁਮਾਰ ਨੇ ਵੋਟ ਨਹੀਂ ਪਾਈ CAA ਦੇ ਹੱਕ ਦੇ ਵਿੱਚ, ਜਨਤਾ ਦਲ ਯੂਨਾਈਟਿਡ ਨੇ ਜਿਹੜੇ ਬਿਹਾਰ ਦਾ। ਸਰਦਾਰ ਮਨਜੀਤ ਸਿੰਘ ਜੀ, ਜੇ ਮੈਂ ਕਿਸੇ ਹੋਰ ਸਵਾਲ ਦੇ ਉੱਤੇ ਜਾਵਾਂ, RSS ਦੇ ਉੱਤੇ ਤੁਹਾਡਾ ਕੀ ਸਟੈਂਡ ਹੈ? ਮੈਂ ਛੇਤੀ ਗੱਲ ਨੂੰ ਨਿਪਟਾਵਾਂ, RSS ਦੇ ਉੱਤੇ ਤੁਹਾਡਾ ਕੀ ਸਟੈਂਡ ਹੈ? RSS ਦਾ ਸਾਡਾ ਨਾ ਕੋਈ ਲੈਣ ਦੇਣ ਹੈ, ਨਾ ਕਿਸੇ ਕਿਸਮ ਦੀ ਇੰਟਰਫੇਰੈਂਸ ਅਸੀਂ ਬਰਦਾਸ਼ਤ ਕਰਦੇ ਹਾਂ। ਮੈਂ 6 ਸਾਲ ਪ੍ਰਧਾਨ ਰਿਹਾ, ਮੈਨੂੰ ਇੱਕ ਇੰਸਟੈਂਸ ਦੱਸ ਦਿਓ ਕਿ ਕਿਸੇ RSS ਦੀ ਕੋਈ ਗੱਲ ਹੋਈ ਹੋਵੇ ਜਾਂ ਮੰਨੀ ਗਈ ਹੋਵੇ। ਸੋ ਇਸ ਕਰਕੇ ਉਸ ਤੇ ਬੜਾ ਕਲੀਅਰ ਸਟੈਂਡ ਹੈ। ਠੀਕ ਹੈ, ਪਰਮਜੀਤ ਸਿੰਘ ਸਰਨਾ ਜੀ, ਇਲੈਕਸ਼ਨ ਹੋਣੀ ਚਾਹੀਦੀ ਹੈ ਕਿ ਸਿਲੈਕਸ਼ਨ ਹੋਣੀ ਚਾਹੀਦੀ ਹੈ? ਹਾਂਜੀ, ਇਲੈਕਸ਼ਨ ਹੋਣੀ ਚਾਹੀਦੀ ਹੈ ਕਿ ਸਿਲੈਕਸ਼ਨ ਹੋਣੀ ਚਾਹੀਦੀ ਹੈ? ਦੇਖੋ ਜੀ, ਹੁਣ ਕਿੱਥੋਂ ਸਿਲੈਕਸ਼ਨ ਹੋਏਗੀ ਜੀ? ਫਿਰ ਪਹਿਲੀ ਗੱਲ ਹੈਗੀ ਕਿ ਸਿਲੈਕਸ਼ਨ ਕਰੇਗਾ ਕੌਣ ਜੀ? ਬਾਦਲਾਂ ਨੇ ਕਰਨੀ ਹੈ ਜੀ, ਸ਼੍ਰੋਮਣੀ ਕਮੇਟੀ ਨੇ ਕਰਨੀ ਹੈ, ਕਿੰਨੇ ਕਰਨੀ ਹੈ ਜੀ, ਜਾਂ ਅਕਾਲ ਤਖ਼ਤ ਸਾਹਿਬ ਨੇ ਕਰਨੀ ਹੈ ਜਿਹੜਾ ਉੱਥੇ ਜਥੇਦਾਰ ਨੇ ਕਰਨੀ ਹੈ? ਇਸ ਤੇ ਭਰੋਸਾ ਕਰੋਗੇ ਸਿਲੈਕਸ਼ਨ ਤੇ? ਸਿਲੈਕਸ਼ਨ ਹੀ ਹੈ ਨਾ, ਠੀਕ ਹੈ, ਇਹ ਮਨਜਿੰਦਰ ਸਿੰਘ ਸਰਸਾ, ਫਲਾਣਾ, ਢੀਂਗੜਾ, ਭੁੰਦੜ, ਇਹ ਵੱਧ ਦੀ ਸਿਲੈਕਸ਼ਨ ਹੈ ਨਾ? ਵਰਤੋਂ ਨਾ ਕਰਨ, ਕੇਸਗੜ ਸਾਹਿਬ ਦੀ ਵਰਤੋਂ ਨਾ ਕਰਨ, ਇਹ ਜਥੇਦਾਰਾਂ ਦੀ ਵਰਤੋਂ ਨਾ ਕਰਨ। ਤੁਸੀਂ ਮੈਨੂੰ ਕਿਹਾ ਸੀ ਤੁਸੀਂ ਹਾਰ ਕਿਉਂ ਗਏ? ਕੀ ਹਾਰਨਾ ਸੀ ਜੀ? ਜੀ, ਇਹਨਾਂ ਨੇ ਦਿੱਲੀ ਦੇ ਵਿੱਚ ਮਨਜੀਤ ਸਿੰਘ ਚੰਗੀ ਤਰ੍ਹਾਂ ਜਾਣਦਾ, ਹੁਣ ਦੱਸੇ ਜਾਂ ਨਾ ਦੱਸੇ, ਜੋ ਬੇਬੁਨਿਆਦ ਦੋਸ਼ਾਂ ਲਾਏ ਤੇ ਸਾਬਤ ਨਹੀਂ ਕਰ ਸਕੇ। ਇਹਨਾਂ ਨੇ ਕਿਹਾ ਸੀ ਨਾ ਜੀ ਵੀ 15 ਦਿਨਾਂ 'ਚ ਸਰਨਿਆਂ ਨੂੰ ਅਸੀਂ ਅੰਦਰ ਕਰਾਵਾਂਗੇ। ਹੁਣ ਕਿੰਨੇ ਹੋ ਗਏ? 8 ਸਾਲ, ਕਿੰਨੇ ਹਫ਼ਤੇ ਬਣ ਜਾਂਦੇ ਨੇ? ਕੋਈ ਹੈ ਮਾਈ ਦਾ ਲਾ ਜਮਿਆ ਇੱਕ ਦਾਗ ਲਾ ਗਏ, ਇਹਨਾਂ ਨੇ ਮੇਰੇ ਦੇ ਉੱਤੇ ਮੁਕੱਦਮਾ ਦਾਇਰ ਕੀਤਾ, ਉਸ ਤਾਕ ਵੇਚਤਾ। ਕੀ ਪਾਰਟੀ, ਤੁਹਾਡੀ ਪਾਰਟੀ ਦਾ ਕੀ ਰੋਡ ਮੈਪ ਹੈ? ਕਿਵੇਂ 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 ਬਾਹਰ ਕੱਢੋਗੇ ਤੁਸੀਂ ਬਾਦਲਾਂ ਨੂੰ? ਕੀ ਕੀ ਰੋਡ ਮੈਪ ਹੈ ਤੁਹਾਡਾ? ਦੇਖੋ ਜੀ, ਇਫ ਨਾਟ ਨਾਓ ਦੈਨ ਨੈਵਰ ਜੀ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ, ਚਲੋ ਪਹਿਲੇ ਤੇ ਕਹਿਤਾ ਜੀ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਵਾਹਿਗੁਰੂ ਨਮਾਤ ਹੈ ਜੀ, ਜੇ ਹੈ ਜੀ, ਉਹ ਹੈ ਜੀ, ਕੁਰਬਾਨੀਆਂ ਬਾਬਾ ਖੜਕ ਸਿੰਘ ਦੀਆਂ, ਮਾਸਟਰ ਤਾਰਾ ਸਿੰਘ ਦੀਆਂ, ਇਹਨਾਂ ਸਾਰੇ ਅਕਾਲੀ ਲੀਡਰਾਂ ਦੀਆਂ ਤੇ ਹਲਵੇ ਮਾਂਡੇ ਖਾ ਗਏ ਜੀ, ਤੇ ਇਹਨਾਂ ਨੇ ਤੇ ਸਾਰਾ ਨਿਪਟੋ ਨਬੂਤ ਪੰਥ ਕਰਕੇ ਰੱਖ ਦਿੱਤਾ ਜੀ। ਅੱਜ ਦੀ ਤਰੀਕ ਦੇ ਵਿੱਚ ਮੈਨੂੰ ਇਹਨਾਂ ਦੇ ਜਿੱਤਣ ਦੀ ਇੱਕ ਧੇਲਾ ਵੀ ਉਮੀਦ ਨਹੀਂ ਹੈ ਜੀ। ਹੁਣ ਕੋਈ ਗੁਰੂ ਮਹਾਰਾਜ ਨੇ ਹਾਲੇ ਹੋਰ ਕੋਈ ਕੰਮ ਕਰਾਉਣਾ ਇਹਨਾਂ ਕੋਲੋਂ ਤੇ ਸਾਨੂੰ ਪਤਾ ਨਹੀਂ, ਸਿੱਧੀ ਸਪਸ਼ਟ ਗੱਲ ਹੈ। ਮਨਜੀਤ ਸਿੰਘ ਜੀ, ਇਸ ਵਾਸਤੇ ਬਹੁਤਾ ਇਹਨਾਂ ਕੋਲ ਡਰਨ ਦੀ ਲੋੜ ਨਹੀਂ ਹੈਗੀ ਜੀ।
ਗੁਰੂ ਗ੍ਰੰਥ ਸਾਹਿਬ ਦੀ ਅਖੀਰਲੀ ਗੁਰੂ ਗ੍ਰੰਥ ਸਾਹਿਬ ਸੀ ਨਾ ਜੀ, ਜਿਵੇਂ ਮਨਜੀਤ ਸਿੰਘ ਨੇ ਸ਼ੁਕਰ ਜ਼ਿਕਰ ਕੀਤਾ ਸ਼ੁਰੂ ਚ ਜੀ, ਦਿੱਲੀ ਤੋਂ ਨਨਕਾਣਾ ਸਾਹਿਬ ਨਗਰ ਕੀਰਤਨ ਦੋ ਵਾਰ ਗਿਆ ਜੀ, ਦੋਨੋਂ ਵਾਰ ਅਸੀਂ ਲੈ ਕੇ ਗਿਆ ਜੀ। ਇਹਨਾਂ ਨੇ ਪੂਰਾ ਜ਼ੋਰ ਲਾਤਾ, ਸਾਰੀ ਹੋਮ ਮਿਨਿਸਟਰੀ ਦੇ ਚ ਬੈਠੇ ਰਹੇ 15 ਦਿਨ। ਚਲੋ ਠੀਕ ਹੈ, 5 ਦਿਨ ਮੈਂ ਵੀ ਬੈਠਾ ਰਿਹਾ ਜੀ। ਪਰ ਗੱਲ ਹੈਗੀ ਵੀ ਜਿਹੜੇ ਗੁਰੂ ਦੀ ਇਤਨੀ ਦੁਖਤੀ ਕਰ ਦੇਣ। ਮਨਜੀਤ ਸਿੰਘ ਜੀ ਕਹੇ ਜੀ ਐਨਆਰਆਈ ਭਰਾਵਾਂ ਤੋਂ ਕੀ ਉਮੀਦ ਕਰਦੇ ਹੋ? ਜਿਹੜੇ ਇਤਨੀ ਦੁਖਤੀ ਕਰਨ ਤੋਂ ਬਾਅਦ ਲੋਕਾਂ ਨੇ ਮੋਟਾ ਮਾਣਿਆ ਤੇ ਮਨਜੀਤ ਸਿੰਘ ਜੀ ਕਹੇ ਜੀ ਐਨਆਰਆਈ ਭਰਾਵਾਂ ਤੋਂ ਕੀ ਉਮੀਦ ਕਰਦੇ ਹੋ? ਤੁਸੀਂ ਵੀ ਇੱਥੇ ਹੋ ਕੇ ਗਏ ਸੀਗੇ ਪਿਛਲੇ ਤੋਂ ਪਿਛਲੇ ਸਾਲ, ਔਰ ਜਿਹੜੀ ਜਿਹੜੀ ਇੰਸੀਡੈਂਟ ਵਾਪਰਿਆ ਸੀਗਾ ਸਾਡੇ ਸਟੂਡੀਓ ਦੇ ਵਿੱਚ ਵੀ ਬਕਾਇਦਾ, ਤੁਹਾਨੂੰ ਪਤਾ ਹੀ ਹੈ ਸਭ ਕੁਝ ਹੋਇਆ ਸੀਗਾ। ਸੋ ਉਹਨਾਂ ਭਰਾਵਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਹੁਣ ਇਸ ਮਸਲੇ ਦੇ ਉੱਤੇ? ਐਨਆਰਆਈ ਭਰਾ ਸਿੱਖ ਡਾਇਸਪੋਰਾ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੇਰਾ ਸਿਰਫ ਇੱਕੋ ਹੀ ਮੈਸੇਜ ਹੈਗਾ ਕਿ ਬਾਹਰਲਾ ਸਿੱਖ ਜਿਹੜਾ ਚਿੰਤਤ ਹੈ ਆਪਣੇ ਮੁਲਕ ਵਾਸਤੇ, ਜਿਸ ਮੁਲਕ ਚੋਂ ਉੱਠ ਕੇ ਆਇਆ ਉਹ ਚਿੰਤਤ ਹੈ, ਗੁਰੂ ਗ੍ਰੰਥ ਸਾਹਿਬ ਵਾਸਤੇ ਵੀ ਚਿੰਤਤ ਹੈ, ਸਿੱਖੀ ਪ੍ਰਤੀ ਵੀ, ਔਰ ਅਸੀਂ ਉਹਨਾਂ ਦੀ ਚਿੰਤਾ ਦੀ ਰਿਸਪੈਕਟ ਕਰਦੇ ਹਾਂ। ਲੇਕਿਨ ਉੱਥੇ ਕਈ ਐਸੀਆਂ ਸ਼ਖਸੀਅਤਾਂ ਹੈ ਨੇ ਜਿਹੜੀਆਂ ਅਫਵਾਹਾਂ ਫੈਲਾਉਂਦੀਆਂ ਨੇ, ਉਹਨਾਂ ਕੋਲੋਂ ਬਚ ਕੇ ਰਹਿਣ, ਕੋਈ ਗੱਲ ਹੋਵੇ ਉਸਨੂੰ ਕਨਫਰਮ ਜ਼ਰੂਰ ਕਰ ਲੈਣ। ਔਰ ਆਖਰੀ ਗੱਲ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਤੇ, ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਅਸੀਂ ਇਕੱਠੇ ਹੋ ਜਾਈਏ, ਅਸੀਂ ਬਹੁਤ ਵੱਡੀ ਤਾਕਤ ਬਣ ਸਕਦੇ ਹਾਂ। ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਅਮਰੀਕਾ, ਕੈਨੇਡਾ, ਜਪਾਨ, ਆਪਣਾ ਇੰਗਲੈਂਡ ਹੋਵੇ, ਜਰਮਨੀ ਹੋਵੇ, ਜਿਸ ਤਰੀਕੇ ਨਾਲ ਸਾਡੇ ਐਮ ਪੀ ਸਾਡੇ ਮਿਨਿਸਟਰ ਬਣਦੇ ਪਏ ਨੇ ਪੰਜਾਬ ਤੋਂ ਜਾ ਕੇ, ਹਿੰਦੁਸਤਾਨ ਤੋਂ ਜਾ ਕੇ, ਇੱਕ ਵੱਡੀ ਪੋਲੀਟੀਕਲ ਤਾਕਤ ਬਾਹਰ ਸਿੱਖਾਂ ਦੀ ਬਣਦੀ ਪਈ ਹੈ, ਔਰ ਉਹ ਤਾਕਤ ਔਰ ਸਾਡੀ ਤਾਕਤ ਆਪਸ ਮਿਲ ਜਾਵੇ, ਮਿਲੇ ਸਿਰਫ ਗੁਰੂ ਗ੍ਰੰਥ ਸਾਹਿਬ ਕਰਕੇ। ਇਲੈਕਸ਼ਨਾਂ ਜਦੋਂ ਆਉਣਗੀਆਂ ਇਲੈਕਸ਼ਨਾਂ ਲੜ ਲੈਣਗੀਆਂ, ਮੈਂ ਸਮਝਦਾ ਅਸੀਂ ਬਹੁਤ ਕਾਮਯਾਬ। ਠੀਕ ਹੈ, ਮਿਹਰਬਾਨੀ ਪਰਮਜੀਤ ਸਿੰਘ ਸਰਨਾ ਜੀ, ਮਿਹਰਬਾਨੀ ਸਰਦਾਰ ਮਨਜੀਤ ਸਿੰਘ ਜੀ ਕੇ ਜੀ, ਤੁਸੀਂ ਸਾਡੇ ਨਾਲ ਜੁੜੇ, ਇਸ ਅਹਿਮ ਵਿਸ਼ੇ ਦੇ ਉੱਤੇ ਆਪਣੀ ਗੱਲ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਇਸੇ ਤਰੀਕੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਮੁੱਦੇ ਹੋਣਗੇ, ਜਸ ਪੰਜਾਬੀ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਇਸ ਮੰਚ ਦੇ ਉੱਤੇ ਉਹਨਾਂ ਮੁੱਦਿਆਂ ਨੂੰ ਲਿਆਉਂਦਾ ਰਹੇਗਾ, ਭਾਵੇਂ ਉਹ ਐਸ ਜੀ ਪੀ ਸੀ ਦਾ ਮਸਲਾ ਹੋਵੇ, ਡੀ ਐਸ ਜੀ ਐਮ ਸੀ ਦਾ ਮਸਲਾ ਹੋਵੇ। ਜਿਹਨਾਂ ਕਾਲਰਸ ਦੀ ਮੈਂ ਕਾਲਸ ਨਹੀਂ ਚੱਕ ਪਾਇਆ ਉਹਨਾਂ ਤੋਂ ਮੈਂ ਮਾਫੀ ਚਾਹੁੰਦਾ। ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ hrkeerat@jasbroadcasting.com, info@jasbroadcasting.com ਦੇ ਉੱਤੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ, ਦਵੋ ਇਜਾਜ਼ਤ, ਧੰਨਵਾਦ, ਸਤਿ ਸ੍ਰੀ ਅਕਾਲ।